राम साहिब सचे पादशाही धन धन श्री सतगुरु पादशाही धन धन श्री सतगुरु सेवा राम साहिब सचे धन साहिब संत माता जी आप कोट कोट नमस्कार साखी घूमया होया बलद लभण दे एक बारी कैमलपुर शहर विखे एक मुसलमान दा बलद गुम हो गया। उसने बार बहुत दूर दूर तक जाके डंगर ढूंढया पर उसको किधरे नहीं मिलया। गरीब आदमी होन करके ओ बहुत परेशान सी। शहर विच सब तो पूछया के किसे ने उसका बैल ता नहीं तकिया पर कोई उग सुग नहीं मिली। ऐ मुसलमान एक गुरसिख तारा चंद चुग दी दुकान तो सौदा लिया करदा सी। उसने तारा चंद दी दुकान ते जाके उसू बड़े ही उदास मन नाल दस्या कि मेरा बैल गुम हो गया है। बतेरा ढूंढया है पर मिल नहीं रहा। मैं बहुत परेशान हाँ। कुछ समझ नहीं आ रही कि की करा। तू कोई सलाह दे कित्थों लब्बा। ए सुन के तारा चंद ने उस मुसलमान नू दस्या जो कोई दिन पहला भोला राम दी घोड़ी गुम हो गई सी ते उसने साडे पीर सतगुर भगवान दास जी नू दुआ करन लई बेनती कीती सी ता छेती ही उना दी दुआ छेती ही उना दी अरदास अते बचना दा सदका उसो कोड़ी मिल पई सी। ए सुन के उस मुसलमान नू इस तरह लग्या जिवें डूबरे नू तिनके दा सहारा मिल गया होवे। उसने तारा चंद नू किया भरावा मैनू ये अपने पीरा को ले चल। मैं भी अरज करके मंग मंगांगा कि तुसी मेरे लई भी दुआ करो जो मेरा डंगर मिल जावे। तारा चंद उस सतगुरां पास ले आया। उसने आए कर चुक कर सतगुरां नू सलाम आखी। तां साहिबा आख्या सलाम सच्चे साहिब नू। फिर उसने अरज कीती पीर जी मेरा डंगर गुम हो गया है। मैं गरीब बंदा हाँ मेरे लिए दुआ करो जो मैनू मेरा बैल मिल जावे। सतगुरां उसकी बेनती सुनकर एक दवाई दी पुड़ी उस मुसलमान नू खान लई दिती। उत्थे ही बैठे कुछ और गुरसिख मन ही मन सोचन लगे कि गुम ता उसका बैल होया है ते सतगुरां ने ता उसू खान लई दवाई दी पुड़ी दिती है। एह की कोतक है कुछ समझ नहीं आंदी। उस मुसलमान ने
ਸਤਿਗੁਰਾਂ ਦੀ ਦਿੱਤੀ ਹੋਈ ਪੁੜੀ ਨੂੰ ਘਰ ਆਏ ਕਰ ਮੂੰਹ ਵਿੱਚ ਪਾਇਆ ਅਤੇ ਪਾਣੀ ਪੀ ਕਰ ਸੌਂ ਗਿਆ। ਦਵਾਈ ਨੇ ਉਸਨੂੰ ਬਹੁਤ ਸਵੇਰੇ ਹੀ ਉਠਾ ਦਿੱਤਾ। ਜਦੋਂ ਬਾਹਰ ਜੰਗਲ ਪਾਣੀ ਲਈ ਗਿਆ ਤਾਂ ਕੀ ਵੇਖਦਾ ਹੈ, ਜੋ ਉਸਦਾ ਬਹਿਲ ਤਾਂ ਉੱਥੇ ਖਲੋਤਾ ਘਾਹ ਚਰ ਰਿਹਾ ਹੈ। ਇਹ ਦੇਖ ਕੇ ਉਸਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਅਤੇ ਮਨ ਹੀ ਮਨ ਸਤਿਗੁਰਾਂ ਦੇ ਇਸ ਚੋਜ ਦੇ ਵਾਹ ਵਾਹ ਕਰਦਾ ਬੈਲ ਨੂੰ ਲੈ ਕਰ ਸਿੱਧਾ ਸਤਿਗੁਰਾਂ ਦੇ ਦੁਆਰੇ ਤੇ ਜਾ ਹਾਜ਼ਰ ਹੋਇਆ ਅਤੇ ਸਲਾਮ ਕਰਕੇ ਦੋਵੇਂ ਹੱਥ ਜੋੜ ਕਰ ਸਾਹਿਬਾਂ ਦਾ ਧੰਨਵਾਦ ਕੀਤਾ ਤੇ ਆਖਣ ਲੱਗਾ, ਇਹ ਸਭ ਆਪ ਜੀ ਦੀ ਹੀ ਕਰਮੇ ਨਜ਼ਰ ਅਤੇ ਦੁਆ ਦਾ ਅਸਰ ਹੈ। ਆਪ ਜੀ ਪਾਸ ਆਉਣ ਤੋਂ ਪਹਿਲਾਂ ਮੇਰੇ ਪੇਟ ਵਿੱਚ ਸੱਚਮੁੱਚ ਬਹੁਤ ਦਰਦ ਸੀ, ਆਪ ਜਾਣੀ ਜਾਣ ਹੋ ਸੋ ਦਵਾਈ ਦੀ ਪੁੜੀ ਦੇ ਕਰ ਮੇਰੇ ਪੇਟ ਦਾ ਦਰਦ ਵੀ ਦੂਰ ਕਰ ਦਿੱਤਾ ਅਤੇ ਆਪ ਜੀ ਦੀ ਦੁਆ ਦਾ ਸਦਕਾ ਮੇਰਾ ਬੈਲ ਵੀ ਮਿਲ ਗਿਆ ਹੈ। ਹੁਣ ਉਹੀ ਗੁਰਸਿੱਖ ਜਿਹੜੇ ਪਹਿਲੇ ਦਿਨ ਮਨ ਹੀ ਮਨ ਸੋਚ ਰਹੇ ਸਨ ਕਿ ਉਹ ਤਾਂ ਆਖ ਰਿਹਾ ਹੈ ਮੇਰਾ ਬੈਲ ਗੁੰਮ ਹੋ ਗਿਆ ਹੈ ਤੇ ਸਤਿਗੁਰ ਜੀ ਤਾਂ ਉਸਨੂੰ ਖਾਣ ਲਈ ਦਵਾਈ ਦੇ ਰਹੇ ਹਨ, ਹੁਣ ਉਹ ਆਖਣ ਲੱਗੇ ਸਤਿਗੁਰ ਜੀ ਤਾਂ ਸੱਚਮੁੱਚ ਦਿਲਾਂ ਦੀਆਂ ਜਾਣਨ ਵਾਲੇ ਹਨ, ਉਸਦੀ ਪੀੜਾ ਵੀ ਦੂਰ ਕਰ ਦਿੱਤੀ ਅਤੇ ਬੈਲ ਵੀ ਮਿਲਾ ਦਿੱਤਾ ਨੇ। ਧੰਨ ਹਨ ਸਾਡੇ ਸਤਿਗੁਰ ਜੀ ਜੋ ਹਰ ਮੁਸ਼ਕਿਲ ਵੇਲੇ ਸਾਡੇ ਸਹਾਈ ਹੁੰਦੇ ਹਨ। ਧੰਨ ਸਤਿਗੁਰੂ ਭਗਵਾਨ ਦਾ ਸਾਰੇ ਬਾਜੀ ਦੀ ਸਦਾਈ ਜੈ। ਸਤਿਗੁਰੂ ਸੇਵਾ ਰਾਮ ਸਹਾਇਬ ਆਪ ਜੀ ਦੀ ਸਦਾਈ। ਹੁਣ ਹੋਈ ਗੁਰਸਿੱਖ ਜਿਹੜੇ ਪਹਿਲੇ ਦਿਨ ਮਨ ਹੀ ਮਨ ਸੋਚ ਰਹੇ ਸਨ ਕਿ ਉਹ ਤਾਂ ਆਖ ਰਿਹਾ ਹੈ ਮੇਰਾ ਬੈਲ ਗੁੰਮ ਹੋ ਗਿਆ ਹੈ ਤੇ ਸਤਿਗੁਰ ਜੀ ਤਾਂ ਉਸਨੂੰ ਖਾਣ ਲਈ ਦਵਾਈ ਦੇ ਰਹੇ ਹਨ, ਹੁਣ ਉਹ ਆਖਣ ਲੱਗੇ ਸਤਿਗੁਰ ਜੀ ਤਾਂ ਸੱਚਮੁੱਚ ਦਿਲਾਂ ਦੀਆਂ ਜਾਣਨ ਵਾਲੇ ਹਨ, ਉਸਦੀ ਪੀੜਾ ਵੀ ਦੂਰ ਕਰ ਦਿੱਤੀ ਅਤੇ ਬੈਲ ਵੀ ਮਿਲਾ ਦਿੱਤਾ। ਧੰਨ ਹਨ ਸਾਡੇ ਸਤਿਗੁਰ ਜੀ ਜੋ ਹਰ ਮੁਸ਼ਕਲ ਵੇਲੇ ਸਾਡੇ ਸਹਾਈ ਹੁੰਦੇ ਹਨ। ਜਦ ਮੁਸਲਮਾਨ ਉੱਥੋਂ ਚਲਾ ਗਿਆ ਤਾਂ ਉਹਨਾਂ ਗੁਰਸਿੱਖਾਂ ਨੇ ਮਨ ਵਿੱਚ ਆਪਣੇ ਗੁਰੂ ਪ੍ਰਤੀ ਆਏ ਵਿਕਾਰ ਲਈ ਸਾਹਿਬਾਂ ਤੋਂ ਆਪਣੀ ਭੁੱਲ ਬਖਸ਼ਵਾਈ ਤੇ ਆਖਿਆ ਤੇਰੀਆਂ ਤੂੰ ਹੀ ਜਾਣ, ਸਾਡੇ ਜੀਵਾਂ ਦੀ ਸਮਰੱਥਾ ਨਹੀਂ। ਜੋ ਆਪ ਜੀ ਦੇ ਚੋਜਾਂ ਨੂੰ ਸਮਝ ਸਕੀਏ। ਉਸ ਸਮੇਂ ਸਾਹਿਬਾਂ ਨੇ ਸੰਤਾਂ ਨੂੰ ਦੱਸਿਆ ਕੱਲ ਇਹ ਮੁਸਲਮਾਨ ਇੱਥੇ ਆਇਆ ਸੀ ਤਾਂ ਇਸਨੂੰ ਪਹਿਲਾਂ ਤੋਂ ਹੀ ਪੇਟ ਵਿੱਚ ਤਕਲੀਫ ਸੀ ਅਤੇ ਬੈਲ ਗੁੰਮ ਹੋ ਜਾਣ ਨਾਲ ਇਹ ਬਹੁਤ ਕਸ਼ਟ ਉਠਾ ਰਿਹਾ ਸੀ। ਜਿਹੜਾ ਗੁਰਸਿੱਖ ਤਾਰਾ ਚੰਦ ਇਸਦੇ ਨਾਲ ਆਇਆ ਸੀ ਉਹ ਚਾਹੁੰਦਾ ਸੀ ਕਿ ਇਸਦੇ ਆਈ ਹੋਈ ਬਿਪਤਾ ਤੋਂ ਇਸਨੂੰ ਛੁਟਕਾਰਾ ਮਿਲ ਜਾਵੇ। ਇਹ ਸ੍ਰੀ ਸਤਿਗੁਰ ਸੰਗਤ ਸਾਹਿਬ ਜੀ ਦਾ ਦਰਬਾਰ ਹੈ,
ਅਤੇ ਉਹਨਾਂ ਨੇ ਹੀ ਇਸ ਸੇਵਕ ਦੀ ਮਨੋਕਾਮਨਾ ਪੂਰੀ ਕੀਤੀ ਹੈ। ਸਤਿਗੁਰਾਂ ਉੱਤੇ ਆਦਰ ਸੰਗਤਾਂ ਦੇ ਗਿਆਨ ਲਈ ਇਸ ਸ਼ਬਦ ਦੀ ਕਥਾ ਸੁਣਾਈ। ਗੋੜੀ ਮਲਾ ਪੰਜਵਾ ਹਰ ਸਿਮਰਤ ਤੇਰੀ ਜਾਏ ਬਲਾਏ ਸਰਬ ਕਲਿਆਣ ਵਸੈ ਮਨ ਆਏ ਪਜ ਮਨ ਮੇਰੇ ਕੋ ਨਾਮ ਜੀ ਤੇਰੇ ਕੈ ਆਵੇ ਕਾਮਰਾਓ ਰਹਿਣ ਦਿਨਸ ਗੁਣ ਗਾਓ ਅਨੰਤਾ ਗੁਰਪੂਰੇ ਕਾ ਨਿਰਮਲ ਮੰਤਾ ਛੋੜ ਉਪਾਓ ਇੱਕ ਟੇਕ ਰਾਗ ਮਹਾ ਪਦਾਰਥ ਅੰਮ੍ਰਿਤ ਰਸ ਜਾਕ ਬਿਖਮ ਸਾਗਰ ਤੇਈ ਜਨ ਤਰੇ ਨਾਨਕ ਜਾ ਕੋ ਨਦਰ ਕਰੇ। ਸਤਿਗੁਰਾਂ ਸਮਝਾਇਆ ਹੇ ਭਾਈ ਹਰੀ ਦਾ ਸਿਮਰਨ ਕਰਨ ਨਾਲ ਤੇਰੀ ਅਗਿਆਨਤਾ ਰੂਪੀ ਬਲਾ ਦੂਰ ਹੋ ਜਾਏਗੀ ਅਤੇ ਸਾਰੇ ਸੁੱਖ ਤੇਰੇ ਮਨ ਵਿੱਚ ਆ ਵਸਣਗੇ। ਹੇ ਮੇਰੇ ਮਨ ਤੂੰ ਇੱਕ ਨਾਮ ਦਾ ਜਾਪ ਕਰ ਇਹੀ ਤੇਰੇ ਜੀ ਦੇ ਕੰਮ ਆਵੇਗਾ ਅਤੇ ਪੂਰਿਆਂ ਗੁਰਾਂ ਤੋਂ ਨਿਰਮਲ ਮੰਤਰ ਲੈ ਕੇ ਰਾਤ ਦਿਨ ਉਸ ਬੇਅੰਤ ਸਤਿਗੁਰੂ ਦੇ ਗੁਣਾਂ ਦਾ ਗਾਇਨ ਕਰ। ਗੁਰੂ ਜੀ ਅੱਗੇ ਦੱਸਦੇ ਹਨ ਹੇ ਜੀਵ ਹੋਰ ਸਾਰੇ ਉਪਾਅ ਛੱਡ ਕੇ ਇੱਕ ਪ੍ਰਭੂ ਦੀ ਓਟ ਦਾ ਹੀ ਸਹਾਰਾ ਲੈ ਅਤੇ ਦੁਨਿਆਵੀ ਪਦਾਰਥਾਂ ਨਾਲੋਂ ਮਹਾਨ ਪਦਾਰਥ ਜੋ ਨਾਮ ਰੂਪੀ ਅੰਮ੍ਰਿਤ ਰਸ ਹੈ ਉਸਦਾ ਹੀ ਆਨੰਦ ਮਾਣ ਤੇ ਉਸਦਾ ਹੀ ਸਵਾਦ ਚੱਕ। ਪੰਜਵੇਂ ਗੁਰੂ ਜੀ ਕਥਨ ਕਰਦੇ ਹਨ ਕਿ ਉਹ ਪੁਰਸ਼ ਹੀ ਇਸ ਬਿਖਮ ਸੰਸਾਰ ਤੋਂ ਤਰਦੇ ਹਨ ਜਿਨ੍ਹਾਂ ਉੱਤੇ ਪਰਮੇਸ਼ਵਰ ਮਿਹਰ ਦੀ ਨਜ਼ਰ ਕਰਦਾ ਹੈ। ਪੰਜਵੇਂ ਗੁਰੂ ਜੀ ਕਥਨ ਕਰਦੇ ਹਨ ਕਿ ਉਹ ਪੁਰਸ਼ ਇਸ ਬਿਖਮ ਸਾਗਰ ਤੋਂ ਤਰਦੇ ਹਨ ਜਿਨ੍ਹਾਂ ਉੱਤੇ ਪਰਮੇਸ਼ਵਰ ਮਿਹਰ ਦੀ ਨਜ਼ਰ ਕਰਦਾ ਹੈ। ਇਸ ਸ਼ਬਦ ਦੀ ਕਥਾ ਜਦ ਸੇਵਕਾਂ ਨੇ ਸੁਣੀ ਤਾਂ ਆਖਿਆ ਤੁਸੀਂ ਅੰਤਰਯਾਮੀ ਹੋ ਸਾਰਿਆਂ ਦੀਆਂ ਇੱਛਾ ਪੂਰੀਆਂ ਕਰਦੇ ਹੋ ਫਿਰ ਸਤਿਗੁਰਾਂ ਤੋਂ ਆਗਿਆ ਲੈ ਕਰ ਤੇ ਮੱਥਾ ਟੇਕ ਕਰ ਸਾਰੇ ਆਪੋ ਆਪਣੇ ਘਰਾਂ ਨੂੰ ਗਏ। ਫਿਰ ਇਸ ਸ਼ਬਦ ਦੀ ਕਥਾ ਜਦ ਸੇਵਕਾਂ ਨੇ ਸੁਣੀ ਤਾਂ ਆਖਿਆ ਤੁਸੀਂ ਅੰਤਰਯਾਮੀ ਹੋ ਸਾਰਿਆਂ ਦੀਆਂ ਇੱਛਾ ਪੂਰੀਆਂ ਕਰਦੇ ਹੋ ਫਿਰ ਸਤਿਗੁਰਾਂ ਤੋਂ ਆਗਿਆ ਲੈ ਕਰ ਤੇ ਮੱਥਾ ਟੇਕ ਕਰ ਸਾਰੇ ਆਪੋ ਆਪਣੇ ਘਰਾਂ ਨੂੰ ਗਏ। ਸਾਖੀ ਪੂਰੀ ਸਤਿਗੁਰ ਪ੍ਰਸਾਦ ਤਾਰਿਆ ਜਾਨ ਲਿਆਭਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਦੁਦਨੋ ਤਨ ਕਿਆ ਤਿਨ ਜਮਰੇ
ਸਾਖੀ ਬੀਬੀ ਦਵਿੰਦਰ ਕੌਰ ਦੀ ਪੜ੍ਹਾਈ ਦੀ। ਬੀਬੀ ਦਵਿੰਦਰ ਕੌਰ ਸ੍ਰੀ ਸਤਿਗੁਰ ਭਗਵਾਨ ਦਾਸ ਜੀ ਦੀ ਦੋਹਤਰੀ ਅਤੇ ਸਰਦਾਰ ਹੁਕਮ ਸਿੰਘ ਬੱਤਰਾ ਦੀ ਸਪੁੱਤਰੀ ਹੈ। ਆਪ ਸਭ ਜਾਣਦੇ ਹੀ ਹੋ ਕਿ ਕੁਛ ਸਮਾਂ ਪਹਿਲਾਂ ਲੜਕੀਆਂ ਦੀ ਪੜ੍ਹਾਈ ਨੂੰ ਕੋਈ ਬਹੁਤਾ ਜ਼ਰੂਰੀ ਨਹੀਂ ਸਮਝਿਆ ਜਾਂਦਾ ਸੀ, ਖਾਸ ਕਰਕੇ ਵਪਾਰੀ ਪਰਿਵਾਰਾਂ ਵਿੱਚ ਤਾਂ ਲੜਕੀਆਂ ਦੀ ਪੜ੍ਹਾਈ ਬਹੁਤ ਘੱਟ ਹੁੰਦੀ ਸੀ। ਲੜਕੀਆਂ ਨੂੰ ਮਸਾਂ ਪੜ੍ਹਨ ਤੇ ਲਿਖਣ ਜੋਗੀ ਵਿੱਦਿਆ ਦਿੱਤੀ ਜਾਂਦੀ ਸੀ। ਇਸੇ ਤਰ੍ਹਾਂ ਇਸ ਪਰਿਵਾਰ ਵਿੱਚ ਵੀ ਕੁੜੀਆਂ ਦੀ ਪੜ੍ਹਾਈ 5 ਕੁ ਜਮਾਤਾਂ ਤੱਕ ਹੀ ਕਰਾਈ ਜਾਂਦੀ ਸੀ ਤੇ ਬੱਚੀ ਦਵਿੰਦਰ ਕੌਰ ਦੀਆਂ ਵੱਡੀਆਂ 3 ਭੈਣਾਂ ਵੀ 5-5 ਜਮਾਤਾਂ ਹੀ ਪੜ੍ਹੀਆਂ ਸਨ। ਦਵਿੰਦਰ ਕੌਰ ਨੂੰ ਸ਼ੁਰੂ ਤੋਂ ਹੀ ਪੜ੍ਹਾਈ ਦਾ ਸ਼ੌਕ ਸੀ। ਉਹ ਸਕੂਲ ਦਾਖਲ ਹੋਣ ਪਿੱਛੋਂ ਛੇਤੀ ਹੀ ਸਾਫ ਸਾਫ ਪੜ੍ਹਨਾ ਤੇ ਲਿਖਣਾ ਸਿੱਖ ਗਈ ਤੇ ਪਹਿਲੇ ਸਾਲ ਹੀ ਆਪਣੀ ਜਮਾਤ ਵਿੱਚ ਅਵਲ ਰਹਿ ਕੇ ਜਦ ਉਸਨੇ ਇਨਾਮ ਪ੍ਰਾਪਤ ਕੀਤਾ ਤਾਂ ਘਰ ਦੇ ਸਾਰੇ ਜੀ ਬਹੁਤ ਖੁਸ਼ ਹੋਏ। ਉਹ ਜਦੋਂ ਦੂਜੀ ਜਮਾਤ ਵਿੱਚ ਪੜ੍ਹਨ ਲੱਗੀ ਤਾਂ ਇੱਕ ਦਿਨ ਸ਼ਾਮ ਨੂੰ ਜਦ ਉਹ ਆਪਣੇ ਨਾਨਕੇ ਘਰ ਪਾਉ ਸ੍ਰੀ ਸਤਿਗੁਰ ਭਗਵਾਨ ਦਾਸ ਜੀ ਦੇ ਨਿਵਾਸ ਸਥਾਨ ਬਾਕੀ ਬੱਚਿਆਂ ਨਾਲ ਖੇਡ ਰਹੀ ਸੀ ਤਾਂ ਸਾਹਿਬਾਂ ਨੇ ਉਸ ਨੂੰ ਆਵਾਜ਼ ਦੇ ਕੇ ਆਪਣੇ ਕੋਲ ਬੁਲਾਇਆ ਅਤੇ ਆਪਣੇ ਕੋਲ ਹੀ ਪਲਕ ਤੇ ਬਿਠਾ ਕੇ ਕਹਿਣ ਲੱਗੇ, ਬੱਚਾ ਇਸ ਪੋਥੀ ਵਿੱਚੋਂ ਕੋਈ ਸਾਖੀ ਤਾਂ ਸਾਨੂੰ ਸੁਣਾ, ਵੇਖੀਏ ਤੈਨੂੰ ਕਿਤਨਾ ਪੜ੍ਹਨਾ ਆ ਗਿਆ ਹੈ। ਬੱਚੀ ਨੇ ਖੁਸ਼ ਹੋ ਕੇ ਪੋਥੀ ਦਾ ਪ੍ਰਕਾਸ਼ ਕੀਤਾ ਤੇ ਲੱਗੀ ਸ੍ਰੀ ਸਤਿਗੁਰ ਸੰਗਤਾ ਸਾਹਿਬ ਜੀ ਦੀ ਸਾਖੀ ਪੜ੍ਹਨ। ਸਾਹਿਬਾਂ ਨੂੰ ਉਸਦਾ ਸਾਫ ਉਚਾਰਨ ਅਤੇ ਖੁੱਲ ਕੇ ਪੜ੍ਹਨਾ ਬਹੁਤ ਚੰਗਾ ਲੱਗਿਆ ਅਤੇ ਉਸ ਨੂੰ ਸ਼ਾਬਾਸ਼ ਦਿੱਤੇ। ਫਿਰ ਹਰ ਦੂਜੇ ਤੀਜੇ ਦਿਨ ਸ਼ਾਮ ਨੂੰ ਉਸ ਨੂੰ ਬੁਲਾਉਂਦੇ, ਆਪਣੇ ਕੋਲ ਬਿਠਾ ਕੇ ਸਤਿਗੁਰ ਸੰਗਤਾ ਸਾਹਿਬ ਜੀ ਦੀ ਪੋਥੀ ਵਿੱਚੋਂ ਸਾਖੀ ਸੁਣਦੇ ਤੇ ਸ਼ਾਬਾਸ਼ ਦਿੰਦੇ। ਇਸ ਤਰ੍ਹਾਂ ਹੀ ਇੱਕ ਦਿਨ ਸ਼ਾਮ ਵੇਲੇ ਉਹ ਸ੍ਰੀ ਸਤਿਗੁਰ ਭਗਵਾਨ ਦਾਸ ਜੀ ਦੇ ਕੋਲ ਹੀ ਪਲੰਗ ਤੇ ਬੈਠ ਕੇ ਸਾਖੀ ਸੁਣਾ ਰਹੀ ਸੀ ਕਿ ਨਾਮਧਾਰੀ ਗੁਰੂ ਸਤਿਗੁਰੂ ਪ੍ਰਤਾਪ ਸਿੰਘ ਜੀ ਸ੍ਰੀ ਸਤਿਗੁਰ ਭਗਵਾਨ ਦਾਸ ਜੀ ਨੂੰ ਮਿਲਣ ਲਈ ਆਏ। ਉਹਨਾਂ ਨੂੰ ਦੇਖ ਕੇ ਬੱਚੀ ਇਕਦਮ ਚੁੱਪ ਹੋ ਗਈ ਤੇ ਪੋਥੀ ਤੇ ਰੁਮਾਲਾ ਪਾ ਕੇ ਉੱਠਣ ਲੱਗੀ ਤਾਂ ਮਹਾਰਾਜ ਪ੍ਰਤਾਪ ਸਿੰਘ ਨੇ ਉਸ ਨੂੰ ਰੋਕ ਕੇ ਕਿਹਾ, ਬੇਟੀ ਸਾਖੀ ਸੁਣਾਓ, ਅਸੀਂ ਵੀ ਸਤਿਗੁਰ ਸੰਗਤਾਂ ਜੀ ਦੀ ਸਾਖੀ ਸੁਣਾਂਗੇ। ਬੱਚੀ ਝਿਜਕਦੀ ਹੋਈ ਸਾਹਿਬਾਂ ਵੱਲ ਦੇਖਣ ਲੱਗੀ ਤਾਂ ਸਾਹਿਬਾਂ ਨੇ ਪਿੱਠ ਤੇ ਹੱਥ ਫੇਰਦੇ ਆਖਿਆ, ਪੜ ਬੱਚਾ ਝੱਕ ਨਹੀਂ, ਜਿਹੜੀ ਸਾਖੀ ਸ਼ੁਰੂ ਕੀਤੀ ਸੀ ਉਹ ਪੂਰੀ ਕਰ। ਤਾਂ ਬੱਚੀ ਦਵਿੰਦਰ ਨੇ ਮੁੜ ਪੜ੍ਹਨਾ ਸ਼ੁਰੂ ਕਰ ਦਿੱਤਾ। ਜਦ ਸਾਖੀ ਪੂਰੀ ਹੋਈ ਤਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬੱਚੀ ਦੇ ਸਿਰ ਤੇ ਹੱਥ ਫੇਰਦਿਆਂ ਬਚਨ ਕੀਤਾ ਕਿ ਆਪ ਦੀ ਇਸ ਬੱਚੀ ਦੀ ਆਯੂ ਤਾਂ ਬਹੁਤ ਘੱਟ ਲੱਗਦੀ ਹੈ, ਪਰ ਜਿਸ ਤਰ੍ਹਾਂ ਇਹ ਪੜ੍ਹ ਰਹੀ ਸੀ
ਜਾਪਦਾ ਹੈ ਕਿ ਕੁੜੀ ਚੰਗੇ ਗੁਣਾਂ ਵਾਲੀ ਤੇ ਬੁੱਧੀਮਾਨ ਹੋਵੇਗੀ। ਲੱਗਦਾ ਹੈ ਪੜ੍ਹਨ ਵਿੱਚ ਹੁਸ਼ਿਆਰ ਹੋਣ ਕਰਕੇ ਖੂਬ ਪੜ੍ਹੇਗੀ ਤੇ ਪੜ੍ਹ ਲਿਖ ਕੇ ਮਾਣ ਪਾਏਗੀ। ਸ੍ਰੀ ਸਤਿਗੁਰ ਭਗਵਾਨ ਦਾਸ ਜੀ ਨੇ ਵੀ ਬੱਚੀ ਵੱਲ ਮੁਸਕੁਰਾ ਕੇ ਤੱਕਦਿਆਂ ਉਸਨੂੰ ਥਾਪੜਾ ਦਿੰਦੇ ਹੋਏ ਕਿਹਾ, ਸਾਨੂੰ ਵੀ ਇੰਝ ਹੀ ਜਾਪਦਾ ਹੈ। ਇਸ ਤਰ੍ਹਾਂ ਬੱਚੀ ਆਸ਼ੀਰਵਾਦ ਲੈ ਕੇ ਤੇ ਪੋਥੀ ਸੰਭਾਲ ਕੇ ਬਾਹਰ ਨੂੰ ਦੌੜ ਗਈ। ਜਦ ਬੱਚੀ ਦਵਿੰਦਰ ਅਜੇ ਤੀਸਰੀ ਜਮਾਤ ਵਿੱਚ ਹੀ ਪੜ੍ਹਦੀ ਸੀ ਤਾਂ ਉਸ ਸਾਲ ਗਰਮੀਆਂ ਵਿੱਚ ਕੁਮਰੀ ਪਹਾੜ ਦੇ ਜਾਣ ਤੋਂ ਪਹਿਲਾਂ ਸਾਹਿਬਾਂ ਨੇ ਉਸਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧਾਵਿਆ ਬਿਠਾਇਆ। ਆਪ ਉਸਦੇ ਨਾਲ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਪੁਜੀ ਸਾਹਿਬ ਜੀ ਦੀਆਂ ਪਹਿਲੀਆਂ ਪੰਜ ਪੌੜੀਆਂ ਦਾ ਪਾਠ ਕਰਾਇਆ। ਉਸ ਤੋਂ ਦੋ ਕੁ ਮਹੀਨੇ ਬਾਅਦ ਹੀ ਸ੍ਰੀ ਸਤਿਗੁਰ ਭਗਵਾਨ ਦਾਸ ਜੀ ਸੱਚਖੰਡ ਪਿਆਨਾ ਕਰ ਗਏ। ਦਵਿੰਦਰ ਕੌਰ ਅਜੇ ਪੰਜਵੀਂ ਜਮਾਤ ਵਿੱਚ ਹੀ ਪੜ੍ਹਦੀ ਸੀ। ਜਦ ਦੇਸ਼ ਦੀ ਵੰਡ ਹੋ ਗਈ ਤਾਂ ਕੈਮਲਪੁਰ ਛੱਡ ਕੇ ਸਾਰੇ ਦਿੱਲੀ ਆ ਗਏ। ਦਿੱਲੀ ਆ ਕੇ ਚਾਂਦਨੀ ਚੌਕ ਸਥਿਤ ਗੁਰਦੁਆਰਾ ਸੀਸ ਗੰਜ ਦੇ ਸਕੂਲ ਵਿੱਚ ਉਸਨੂੰ ਪੜ੍ਹਨੇ ਪਾਇਆ ਗਿਆ। 1950 ਵਿੱਚ ਜਦੋਂ ਅੱਠਵੀਂ ਜਮਾਤ ਵਿੱਚ ਪੜ੍ਹਦੀ ਸੀ ਤਾਂ ਸਕੂਲ ਦੇ ਪ੍ਰਬੰਧਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਤੇ ਸਕੂਲ ਦੇ ਬੱਚਿਆਂ ਦਾ ਧਾਰਮਿਕ ਇਮਤਿਹਾਨ ਲਿਆ, ਜਿਨ੍ਹਾਂ ਵਿੱਚੋਂ ਪਹਿਲੇ ਤੇ ਦੂਜੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਗੁਰਪੁਰਬ ਦੇ ਸਮਾਗਮ ਤੇ ਗੁਰਦੁਆਰਾ ਸੀਸ ਗੰਜ ਦੇ ਹਾਲ ਵਿੱਚ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਣਾ ਸੀ। ਇਹ ਸ੍ਰੀ ਸਤਿਗੁਰ ਭਗਵਾਨ ਦਾਸ ਜੀ ਵੱਲੋਂ ਮਿਲੇ ਆਸ਼ੀਰਵਾਦ ਦਾ ਸਦਕਾ ਹੀ ਸੀ ਜੋ ਇਹ ਬੱਚੀ ਪਹਿਲੇ ਨੰਬਰ ਤੇ ਆਈ ਤੇ ਭਰੀ ਸੰਗਤ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਇਸ ਨੂੰ ਇਨਾਮ ਦਿੱਤਾ ਗਿਆ ਤਾਂ ਉਸ ਵਕਤ ਸਰਦਾਰ ਹੁਕਮ ਸਿੰਘ ਨੇ ਮਨ ਵਿੱਚ ਫੈਸਲਾ ਕੀਤਾ ਕਿ ਬੱਚੀ ਜਿੰਨਾ ਚਾਹੇ ਪੜ੍ਹੇ ਮੈਂ ਇਸਨੂੰ ਰੋਕਾਂਗਾ ਨਹੀਂ। ਇਸ ਤਰ੍ਹਾਂ ਹਰ ਸਾਲ ਇਮਤਿਹਾਨ ਪਾਸ ਕਰਦੀ ਹੋਈ ਇਸੇ ਬੀ ਏ ਪਾਸ ਕਰ ਲਈ। ਪਰ ਅਜੇ ਵੀ ਉਸਦੇ ਮਨ ਦੀ ਇੱਛਾ ਸੀ ਕਿ ਇਸ ਤੋਂ ਵੀ ਅੱਗੇ ਉਹ ਬੀ ਟੀ ਅਤੇ ਐਮ ਏ ਕਰਕੇ ਆਪਣੇ ਪੈਰਾਂ 'ਤੇ ਖੜ੍ਹੀ ਆਪਣੇ ਪੈਰਾਂ 'ਤੇ ਖੜ੍ਹੀ ਹੋਣ ਯੋਗ ਬਣੇ। ਜਦ ਉਸਨੇ ਐਮ ਏ ਦਾ ਇਮਤਿਹਾਨ ਦੇ ਦਿੱਤਾ ਤਾਂ ਉਸਦੀ ਸ਼ਾਦੀ ਦਿੱਲੀ ਦੇ ਹੀ ਇੱਕ ਲੜਕੇ ਦਲੀਪ ਸਿੰਘ ਦੀਪ ਨਾਲ ਕਰ ਦਿੱਤੀ ਗਈ। ਕਰਨੀ ਰੱਬ ਦੀ ਦੇਖੋ ਕਿ ਉਸ ਲੜਕੇ ਨੂੰ ਵੀ ਪੜ੍ਹਨ ਅਤੇ ਲਿਖਣ ਦਾ ਬਹੁਤ ਸ਼ੌਂਕ ਸੀ ਅਤੇ ਉਹ ਇਹੀ ਚਾਹੁੰਦਾ ਸੀ ਕਿ ਉਸਦੀ ਪਤਨੀ ਵੀ ਆਪਣੀ ਪੜ੍ਹਾਈ ਜਾਰੀ ਰੱਖੇ। ਫਿਰ ਪਤੀ ਦੇ ਸਹਿਯੋਗ ਨਾਲ ਉਸਦੇ ਸਭ ਤੋਂ ਉੱਚੀ ਡਿਗਰੀ ਪੀ ਐਚ ਡੀ ਵੀ ਪ੍ਰਾਪਤ ਕਰ ਲਈ। ਸੋ ਪ੍ਰਤੱਖ ਹੈ ਕਿ ਜਿਸ ਖਾਨਦਾਨ ਵਿੱਚ ਲੜਕੀਆਂ ਪੰਜ ਮਾਤਾ ਤੋਂ ਵੱਧ ਨਹੀਂ ਪੜ੍ਹਦੀਆਂ ਸਨ ਉਸੇ ਖਾਨਦਾਨ ਦੀ ਇਸ ਪਹਿਲੀ ਲੜਕੀ ਨੇ ਸਤਿਗੁਰਾਂ ਦੇ ਬਚਨਾਂ ਅਤੇ ਆਸ਼ੀਰਵਾਦ ਸਦਕਾ
ਸਰਵੋਤਮ ਡਿਗਰੀ ਹਾਸਲ ਕਰਕੇ ਨਾਮਣਾ ਖੱਟਿਆ। ਅੰਤਰਜਾਮੀ ਸਤਿਗੁਰਾਂ ਨੇ ਇਹ ਆਸ਼ੀਰਵਾਦ ਸਿਰਫ ਇਸੇ ਬੱਚੀ ਨੂੰ ਹੀ ਦਿੱਤਾ, ਕਿਉਂਕਿ ਆਪ ਜਾਣਦੇ ਸਨ ਕਿ ਇਸਦੇ ਜੀਵਨ ਵਿੱਚ ਐਸਾ ਸਮਾਂ ਆਉਣਾ ਹੈ ਜਿਸ ਦੇ ਨਿਭਾ ਲਈ ਇਸਦਾ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜਾ ਹੋਣਾ ਬਹੁਤ ਜ਼ਰੂਰੀ ਹੈ, ਅਤੇ ਉਹ ਹਰ ਸਮੇਂ ਇਹ ਮਹਿਸੂਸ ਕਰਦੀ ਹੈ ਕਿ ਇਹ ਸਾਰੀ ਬਖਸ਼ਿਸ਼ ਸੱਚੇ ਸਤਿਗੁਰਾਂ ਦੀ ਹੀ ਹੈ। ਧੰਨ ਧੰਨ ਸਤਿਗੁਰੂ ਭਗਵਾਨ ਦਾ ਸਾਏ, ਆਪ ਜੀ ਦੀ ਸਦਾਈ ਜੈ। ਸੋ ਪ੍ਰਤੱਖ ਹੈ ਜਿਸ ਖਾਨਦਾਨ ਵਿੱਚ ਲੜਕੀਆਂ ਪੰਜ ਮੱਤ ਤੋਂ ਵੱਧ ਨਹੀਂ ਪੜ੍ਹਦੀਆਂ ਸਨ, ਉਸੇ ਖਾਨਦਾਨ ਦੀ ਇਸ ਪਹਿਲੀ ਲੜਕੀ ਨੇ ਸਤਿਗੁਰਾਂ ਦੇ ਬਚਨਾਂ ਅਤੇ ਆਸ਼ੀਰਵਾਦ ਸਦਕਾ ਸਰਵੋਤਮ ਡਿਗਰੀ ਹਾਸਲ ਕਰਕੇ ਨਾਮਣਾ ਖੱਟਿਆ। ਅੰਤਰਯਾਮੀ ਸਤਿਗੁਰਾਂ ਨੇ ਇਹ ਆਸ਼ੀਰਵਾਦ ਸਿਰਫ ਇਸੇ ਬੱਚੀ ਨੂੰ ਹੀ ਦਿੱਤਾ, ਕਿਉਂਕਿ ਆਪ ਜਾਣਦੇ ਸਨ ਕਿ ਇਸਦੇ ਜੀਵਨ ਵਿੱਚ ਐਸਾ ਸਮਾਂ ਆਉਣਾ ਹੈ ਜਿਸਦੇ ਨਿਭਾ ਲਈ ਇਸਦਾ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜਾ ਹੋਣਾ ਬਹੁਤ ਜ਼ਰੂਰੀ ਹੈ, ਅਤੇ ਉਹ ਹਰ ਸਮੇਂ ਇਹ ਮਹਿਸੂਸ ਕਰਦੀ ਹੈ ਕਿ ਇਹ ਸਾਰੀ ਬਖਸ਼ਿਸ਼ ਸੱਚੇ ਸਤਿਗੁਰਾਂ ਦੀ ਹੀ ਹੈ। ਸਾਖੀ ਪੂਰੀ ਹੋਈ ਏ ਕਿਉਂਕਾਰ ਸਤਿਗੁਰੇ ਪ੍ਰਸਾਦ। ਧੰਨ ਧੰਨ ਜੀ ਸਤਿਗੁਰੂ ਮਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸ਼੍ਰੀ ਸਤਿਗੁਰੂ ਸੰਗਤਾਂ ਸਾਹਿਬ ਸੱਚੇ ਪਾਤਸ਼ਾਹ ਜੀ। ਸਾਖੀ ਬੀਬੀ ਦਵਿੰਦਰ ਕੌਰ ਤੇ ਬਖਸ਼ਿਸ਼ ਕਰਨ ਦੀ। ਪੜ੍ਹਾਈ ਪੂਰੀ ਕਰਨ ਉਪਰੰਤ ਬੀਬੀ ਦਵਿੰਦਰ ਕੌਰ ਸਪੁੱਤਰੀ ਸਰਦਾਰ ਹੁਕਮ ਸਿੰਘ ਬੱਤਰਾ ਦਾ ਵਿਆਹ ਸਨ 1959 ਵਿੱਚ ਦਿੱਲੀ ਵਿਖੇ ਹੀ ਸਰਦਾਰ ਦਲੀਪ ਸਿੰਘ ਦੀਪ ਨਾਲ ਹੋਇਆ। ਉਸਦਾ ਸਹੁਰਾ ਪਰਿਵਾਰ ਤਾਂ ਦਿੱਲੀ ਪਟੇਲ ਨਗਰ ਵਿੱਚ ਹੀ ਰਹਿੰਦਾ ਸੀ, ਪਰ ਦਲੀਪ ਸਿੰਘ ਦੀਪ ਦੀ ਨੌਕਰੀ ਉਸ ਸਮੇਂ ਲਖਨਊ ਵੀ ਸੀ। ਨੌਕਰੀ ਐਸੀ ਸੀ ਕਿ ਤਨਖਾਹ ਵੀ ਬੜੀ ਥੋੜ੍ਹੀ ਹੀ ਸੀ ਅਤੇ ਬਜਵੀ ਵੀ ਨਹੀਂ ਸੀ ਮਿਲਦੀ, ਜਿਸ ਕਰਕੇ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਸੀ। ਉਹਨਾਂ ਦਿਨਾਂ ਵਿੱਚ ਹੀ ਦੇਹਰਾਦੂਨ ਦੇ ਕੁੜੀਆਂ ਦੇ ਕਾਲਜ ਵਿੱਚ ਲੈਕਚਰਾਰ ਦੀ ਖਾਲੀ ਅਸਾਮੀ ਦਾ ਪਤਾ ਲੱਗਣ 'ਤੇ ਦੋਨਾਂ ਨੇ ਸਲਾਹ ਕੀਤੀ ਕਿਉਂ ਨਾ ਉੱਥੇ ਨੌਕਰੀ ਲੈਣ ਲਈ ਕੋਸ਼ਿਸ਼ ਕੀਤੀ ਜਾਏ। ਦਵਿੰਦਰ ਕੌਰ ਨੇ ਉੱਥੇ ਆਪਣੀ ਅਰਜ਼ੀ ਭੇਜ ਦਿੱਤੀ ਅਤੇ ਇੰਟਰਵਿਊ ਤੋਂ ਬਾਅਦ ਉਸਨੂੰ ਉਹ ਨੌਕਰੀ ਮਿਲ ਗਈ ਅਤੇ ਉੱਥੇ ਹੀ ਉਸਨੇ ਰਹਿਣਾ ਸ਼ੁਰੂ ਕਰ ਦਿੱਤਾ। ਵੱਖ ਵੱਖ ਥਾਵਾਂ 'ਤੇ ਰਹਿਣ ਨਾਲ ਤਨਖਾਹ ਵੀ ਸਾਰੀ ਖਰਚ ਹੋ ਜਾਂਦੀ ਸੀ ਅਤੇ ਇਕੱਲੇਪਨ ਦੀ ਉਦਾਸੀ ਵੀ ਨਹੀਂ ਸਹਿਣ ਹੁੰਦੀ ਸੀ। ਉਹਨਾਂ ਦੀ ਸ਼ਾਦੀ ਵੀ ਬਹੁਤ ਹੀ ਸਾਦੇ ਢੰਗ ਨਾਲ ਬਿਨਾਂ ਕਿਸੇ ਦਾਜ ਦਹੇਜ ਦੇ ਹੋਈ ਸੀ, ਜਿਸ ਕਰਕੇ ਘਰ ਦਾ ਸਾਰਾ ਸਮਾਨ ਬਣਾਉਣ ਦੀ ਜ਼ਿੰਮੇਵਾਰੀ ਵੀ ਸੀ। ਬਚਨ ਇਤਨੀ ਹੁੰਦੀ ਨਹੀਂ ਸੀ ਕਿ ਘਰ ਦਾ ਸਮਾਨ ਬਣਾਇਆ ਜਾ ਸਕੇ।
ਇਸ ਲਈ ਦਵਿੰਦਰ ਕੌਰ ਤੇ ਦਲੀਪ ਸਿੰਘ ਦੋਨੋਂ ਹੀ ਸੋਚਾਂ ਵਿੱਚ ਪਏ ਰਹਿੰਦੇ, ਪਰੰਤੂ ਕਦੀ ਵੀ ਕਿਸੇ ਨੂੰ ਇਹ ਮਹਿਸੂਸ ਨਹੀਂ ਹੋਣ ਦਿੰਦੇ ਸਨ ਕਿ ਉਹ ਕਿੰਨੀ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਸਨ। ਜੇਕਰ ਦੋਨਾਂ ਪਰਿਵਾਰਾਂ ਵਿੱਚੋਂ ਕੋਈ ਪੁੱਛਦਾ ਅਤੇ ਮਦਦ ਦੇਣ ਲਈ ਵੀ ਕਹਿੰਦਾ ਤਾਂ ਉਹ ਹੱਸ ਕੇ ਗੱਲ ਦਾ ਰੁੱਖ ਹੀ ਬਦਲ ਦਿੰਦੇ, ਕਿਉਂਕਿ ਉਹਨਾਂ ਨੂੰ ਭਰੋਸਾ ਸੀ ਕਿ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਚੰਗੇ ਦਿਨ ਜ਼ਰੂਰ ਆਉਣਗੇ। ਉਹਨਾਂ ਦਿਨਾਂ ਵਿੱਚ ਦਵਿੰਦਰ ਕੌਰ ਦੇਹਰਾਦੂਨ ਇੱਕ ਦਿਨ ਆਪਣੇ ਕਮਰੇ ਵਿੱਚ ਰਾਤ ਨੂੰ ਇਕੱਲੀ ਲੇਟੀ ਹੋਈ ਬਹੁਤ ਹੀ ਉਦਾਸ ਅਤੇ ਸੋਚਾਂ ਵਿੱਚ ਗਲਤਾਨ ਸੀ ਅਤੇ ਮਨ ਹੀ ਮਨ ਆਪਣੇ ਸਤਿਗੁਰਾਂ ਨੂੰ ਯਾਦ ਕਰ ਰਹੀ ਸੀ ਕਿ ਉਸਦੀ ਅੱਖ ਲੱਗ ਗਈ ਤਾਂ ਕੀ ਵੇਖਦੀ ਹੈ ਕਿ ਉਸਦੇ ਸਾਹਮਣੇ ਉਸਦੇ ਬਹੁਤ ਹੀ ਨੇੜੇ ਸ੍ਰੀ ਸਤਿਗੁਰ ਭਗਵਾਨ ਦਾਸ ਜੀ ਸਾਖਿਆਤ ਖੜੇ ਹਨ। ਪਹਿਲਾਂ ਤਾਂ ਆਪ ਉਸ ਵੱਲ ਦੇਖਦੇ ਰਹੇ ਤੇ ਫਿਰ ਸਿਰ ਤੇ ਹੱਥ ਫੇਰਿਆ। ਦਵਿੰਦਰ ਕੌਰ ਕੁਝ ਵੀ ਬੋਲ ਨਾ ਸਕੀ ਤੇ ਸਾਹਿਬਾਂ ਦੇ ਚਿਹਰੇ ਵਾਲੀ ਤੱਕਦੀ ਰਹੀ। ਫਿਰ ਸਾਹਿਬਾਂ ਨੇ ਆਪਣੀ ਵਸ ਕੱਟ ਦੀ ਜੇਬ ਵਿੱਚ ਹੱਥ ਪਾਇਆ ਅਤੇ ਇੱਕ ਰੁਪਏ ਦੇ 5 ਨਵੇਂ ਨਕੋਰ ਨੋਟ ਕੱਢ ਕੇ ਕਿਹਾ, ਲੈ ਬੱਚਾ ਹੈ ਲੈ ਲੈ, ਅਸੀਂ ਤੇਰੇ ਘਰ ਪਹਿਲੀ ਵਾਰ ਆਏ ਹਾਂ, ਅਸੀਂ ਤੇਰੇ ਘਰ ਪਹਿਲੀ ਵਾਰ ਆਏ ਹਾਂ ਨਾ, ਇਹ ਲੈ ਲੈ, ਸਤਿਗੁਰ ਸੰਗਤਾਂ ਜੀ ਭਲੀ ਕਰਨਗੇ। ਇਸਦੇ ਸ਼ਬਦ ਸੁਣਦਿਆਂ ਹੀ ਬੀਬੀ ਦੀਆਂ ਅੱਖਾਂ ਖੁੱਲ ਗਈਆਂ ਤੇ ਡੋਰ ਭੋਰ ਹੋਈ। ਉਹ ਸਾਰੇ ਪਾਸੇ ਵੇਖਣ ਲੱਗੀ ਕਿ ਲਾਲਾ ਜੀ, ਉਹਨਾਂ ਦੇ ਦੋਤਰੇ ਦੋਹਤੀਆਂ ਸਭ ਉਹਨਾਂ ਨੂੰ ਲਾਲਾ ਜੀ ਬੁਲਾਉਂਦੇ ਸਨ। ਡੋਰ ਭੋਰ ਹੋਈ, ਉਹ ਸਾਰੇ ਪਾਸੇ ਵੇਖਣ ਲੱਗੀ ਕਿ ਲਾਲਾ ਜੀ ਹੁਣੇ ਆਏ ਸਨ, ਕਿੱਥੇ ਚਲੇ ਗਏ। ਉਸ ਤੋਂ ਥੋੜੇ ਦਿਨ ਬਾਅਦ ਦਵਿੰਦਰ ਕੌਰ ਨੂੰ ਪਹਿਲਾਂ ਚੰਡੀਗੜ੍ਹ ਤੇ ਫਿਰ ਕਰਨਾਲ ਦੇ ਕਾਲਜ ਵਿੱਚ ਨੌਕਰੀ ਮਿਲ ਗਈ ਅਤੇ ਦਲੀਪ ਸਿੰਘ ਹੋਰੀ ਪਹਿਲਾਂ ਸਰਸੇ ਦੇ ਕਾਲਜ ਵਿੱਚ ਪ੍ਰੋਫੈਸਰ ਲੱਗ ਗਏ। ਪਰ ਉੱਥੋਂ ਵੀ ਕੁਝ ਚਿਰ ਬਾਅਦ ਹੀ ਉਹ ਹਿਸਾਰ ਯੂਨੀਵਰਸਿਟੀ ਵਿੱਚ ਚਲੇ ਗਏ ਅਤੇ ਦਵਿੰਦਰ ਕੌਰ ਵੀ ਕਰਨਾਲ ਤੋਂ ਅਸਤੀਫਾ ਦੇ ਕੇ ਹਿਸਾਰ ਚਲੇ ਗਏ। ਇਸ ਤਰ੍ਹਾਂ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਅਤੇ ਉਹਨਾਂ ਵੱਲੋਂ ਕੀਤੀ ਬਖਸ਼ਿਸ਼ ਕਰਕੇ ਮੁੜ ਉਹਨਾਂ ਨੂੰ ਪੈਸੇ ਵੱਲੋਂ ਕਦੇ ਕੋਈ ਕਮੀ ਮਹਿਸੂਸ ਨਾ ਹੋਈ, ਚੰਗਾ ਗੁਜ਼ਾਰਾ ਹੋਣ ਲੱਗ ਪਿਆ। ਹੁਣ ਵੀ ਜਦੋਂ ਸਾਹਿਬਾਂ ਦੇ ਦਰਸ਼ਨਾਂ ਦੀ ਉਹ ਝਲਕ ਉਸਦੀਆਂ ਅੱਖਾਂ ਅੱਗੇ ਆਉਂਦੀ ਹੈ ਤਾਂ ਉਸਦੀਆਂ ਅੱਖਾਂ ਭਰ ਜਾਂਦੀਆਂ ਅਤੇ ਸਿਰ ਸਤਿਗੁਰਾਂ ਦੇ ਚਰਨਾਂ ਤੇ ਝੁੱਕ ਜਾਂਦਾ ਹੈ। ਇਸ ਤਰ੍ਹਾਂ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਅਤੇ ਉਹਨਾਂ ਵੱਲੋਂ ਕੀਤੀ ਬਖਸ਼ਿਸ਼ ਕਰਕੇ ਮੁੜ ਉਹਨਾਂ ਨੂੰ ਪੈਸੇ ਵੱਲੋਂ ਕਦੀ ਕੋਈ ਕਮੀ ਮਹਿਸੂਸ ਨਾ ਹੋਈ, ਚੰਗਾ ਗੁਜ਼ਾਰਾ ਹੋਣ ਲੱਗ ਪਿਆ। ਹੁਣ ਵੀ ਜਦੋਂ ਸਾਹਿਬਾਂ ਦੇ ਦਰਸ਼ਨਾਂ ਦੀ ਉਹ ਝਲਕ ਉਸਦੀਆਂ ਅੱਖਾਂ ਅੱਗੇ ਆਉਂਦੀ ਹੈ ਤਾਂ ਉਸਦੀਆਂ ਅੱਖਾਂ ਭਰ ਜਾਂਦੀਆਂ ਅਤੇ ਸਿਰ ਸਤਿਗੁਰਾਂ ਦੇ ਚਰਨਾਂ ਤੇ ਛੁੱਪ ਜਾਂਦਾ ਹੈ। ਸਾਖੀ ਪੂਰੀ ਹੋਈ ਇਹ ਕਿਉਂ ਕਾ
सतगुरु प्रसाद धन धन श्री सतगुरु नरदास साहेब सच्चे पातशाह धन धन श्री सतगुरु साधु राम साहेब सच्चे पातशाह साखी सतगुरु रवेल सिंह नारंग नूं ज्ञान दिता। एक बारी श्री सतगुरु भगवान दास जी कैमलपुर छावनी डेरी साहिब दे गए। उत्थों वापसी ते भाई राम सिंह पठेजा जी दुकान ते रुके। राम सिंह ने उठ के चरना ते मथा टेकिया ते दुकान दे अगे ही मंजी विछा के उपर चादर विछाई ते सतगुरां नूं अरज कीती, सच्चे पातशाह जी बिराजो जी। सतगुरु जी ने राम सिंह दी बेनती प्रवान कीती ते मंजी ते बिराज गए। उत्थों दियां संगतां नूं ज्यादा पता लग्या जो सतगुरु जी आए हन अते राम सिंह दी हट्टी ते बाहर बैठे हन, तां संगतां दर्शना लई उत्थे ही आ पहुंचियां। जद सतगुरु जी गुरसिखां नाल कोई बचन विलास कर रहे सन तां उसे समय साहिबां ने देखिया जो थोड़ी कु वित ते रवेल सिंह नारंग हत्था विच हाकी लै के हत्था विच हाकी लै कर खेडन लई दौड़दा जा रहा सी। उन्होंने उत्थे बैठी उसकी माता सीता नूं वचन कीता, ओ सामने रवेल सिंह खेडन लई जा रहा है, उसनूं बुला कर लियाओ। माता सीता छेती नाल जाकर अपने पुत्र नूं बुला कर ले आई। रवेल सिंह ने आके सतगुरां दे चरणां ते मत्था टेकिया ते अख बचा के खेडन लई जाण दी माफी भी मंगी। सतगुरां ने उस नूं हुक्म कीता कि सामने खूही तों एक बाल्टी पानी दी भर के लिया। रवेल सिंह बाल्टी लेकर खुही ते गया ते पानी भर के ले आया। तां सतगुरां हुक्म कीता, काका इस पानी नूं डोल दे। उसने हुक्म अनुसार पानी डोल दिता। तां सतगुरां ने मुड़ हुक्म कीता, एक बाल्टी होर भर के लिया। उह छेती नाल दूजी बार भी बाल्टी भर के लै आया। साहिबां ने फिर गया इसू भी डोल दे, तां उसने वो भी डोल दित्ती। तीजी बार फिर साहिबां हुक्म कीता कि इस बाल्टी नूं फिर भर के लिया। वो मुड़ भर के लै आया। तां सतगुरां ने फिर हुक्म कीता कि इसू भी डोल दे। जद उसने पानी दी तीजी बाल्टी भी डोल दित्ती तां सतगुरु जी कहण लगे, हुण इस पानी नूं वापस बाल्टी विच भरो। सारी संगत एह कोतक देख के हैरान हो रही सी कि सतगुरु जी की खेड खिडा रहे हन। ਤਾਂ ਰਵੇਲ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਾਹਿਬ ਜੀ ਪਾਣੀ ਤਾਂ ਜ਼ਮੀਨ ਵਿੱਚ ਜਜ਼ਬ ਹੋ ਗਿਆ ਹੈ, ਧਸ ਗਿਆ ਹੈ, ਮੈਂ ਕਿਵੇਂ ਭਰ ਸਕਦਾ ਹਾਂ। ਤਾਂ ਸਤਿਗੁਰਾਂ ਨੇ ਉਸ ਸਮੇਂ ਇਹ ਤੁੱਕਾਂ ਪੜ੍ਹੀਆਂ, ਸਾਰੰਗ ਕਬੀਰ ਜੀ ਹੋ
हर बिन कौन साई मन का, मात पिता पाई सुध बनिता, हित लागो सब फन कराओ, आगे को किच तुला बंदो, क्या परवासा तन का, कहा बिसासा इस पांडे का, इतना कला गै ठन का, सगल धर्म पुन फल पावो, दूर बाछो सब जन का, कह कवि सुनो रे संतो, एहो मन उड़न पंखेरो बन का। भगत कबीर जी इस शब्द विच फरमांदे हन कि एह शरीर अतीत दे नाल लगदे संबंधी स्थिर ना होण करके उड़दे मन नूं सदीवी सहारा नहीं दे सकदे। एक खरी ही मन नूं पूरी तसल्ली दे सकदा है, उसे नूं साजना विचों लभो, क्योंकि माता पिता भरा पुत्र अते स्त्री इत्यादक सारे संबंधियां नाल जो मोह लगा होया है ओ फुना रूप है, पाओ बिनसन हाल है। इस संसार समुद्र तो पार होने वास्ते पाओ अगे जान लई जप तप करके कोई तुलहा पाओ जहाज बनाउन दी लोड़ है, जिस धन दे पिछे तुसी लगे हुए हो इसका की भरोसा है। इस शरीर रूपी भांडे का भी की भरोसा है, जो थोड़ी जी ठोकर लगन नाली टूट जाना है, पाओ थोड़ा जिहा धक्का लगन दी देर है ते चट इस शरीर ने नष्ट हो जाना है। गुरमुख जना दे चरना दी धूड़ मंगण नाल सारे धर्मा दे अते सब पुना दे फलां दी प्राप्ति हो सकती है। कबीर जी वचन कर रहे हैं, हे संतो ध्यान नाल सुनो कि इस मन रूपी पंछी ने संसार रूपी बन तो छेती ही उड़ जाना है। उस समय उत्थे बैठी सारी संगत नु ते विशेष करके रवेल सिंह नु सतगुरां ने इस तरह उपदेश दिता कि जिस तरह जमीन ते डुलिया हुआ पानी वापस नहीं भरिया जा सकता, इसे तरह बीतिया समा भी मुड़ के वापस नहीं आउंदा, ते जेड़े स्वास असी लै चुके हाँ ओ भी वापस नहीं लियाए जा सकते। जेड़े स्वास असी लै चुके हाँ ओ भी वापस नहीं लियाए जा सकते। फिर सतगुरां ने रवेल सिंह नूं संबोधन करके कहा कि अपना काम भी करो, खेडन भी जाओ, पर सतगुरां नूं मनो ना विसारो, सदा चेते रखो, क्योंकि अंत इस जीव दी रख्या उसने ही करनी है। उठदिया बैठदिया खेडदिया अते होर काम करदिया उस मालक नू जरूर चेते रखो। उठदिया बैठदिया खेडदिया अते होर काम करदिया उस मालक नू जरूर चेते रखो। जद रवेल सिंह ने जद सतगुरां तों उपदेश सुनिया
ਤਾਂ ਉਸਨੂੰ ਯੁਵਾ ਅਵਸਥਾ ਤੋਂ ਹੀ ਤਾਂ ਉਸਨੂੰ ਜਵਾਨੀ ਤੋਂ ਹੀ ਗਿਆਨ ਹੋ ਗਿਆ ਕਿ ਨਾਮ ਜਪਣ ਨਾਲ ਹੀ ਪਾਰ ਉਤਾਰਾ ਹੋ ਸਕਦਾ ਹੈ। ਉਸ ਦਿਨ ਤੋਂ ਉਸਨੇ ਸਤਿਗੁਰਾਂ ਦੇ ਦੱਸੇ ਰਾਹ ਤੇ ਚੱਲਣ ਦਾ ਉਪਰਾਲਾ ਕੀਤਾ ਤੇ ਉਹ ਗੁਰੂ ਘਰ ਦਾ ਪ੍ਰੇਮੀ ਬਣ ਗਿਆ। ਸ੍ਰੀ ਸਤਿਗੁਰ ਭਗਵਾਨ ਦਾਸ ਜੀ ਛਾਉਣੀ ਦੀ ਸੰਗਤ ਨੂੰ ਉਪਦੇਸ਼ ਦੇ ਕਰ ਨਾਲ ਗਈ ਸੰਗਤ ਸਮੇਤ ਵਾਪਸ ਆਪਣੇ ਨਿਵਾਸ ਸਥਾਨ ਕੈਮਲਪੁਰ ਆਏ। ਫਿਰ ਉੱਥੋਂ ਸ਼ਹਿਰ ਦੀ ਸੰਗਤ ਨੇ ਵੀ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਗਿਆ ਲੈ ਕਰ ਆਪੋ ਆਪਣੇ ਘਰਾਂ ਨੂੰ ਗਈ। ਰਵੇਲ ਸਿੰਘ ਨੇ ਜਦ ਸਤਿਗੁਰਾਂ ਤੋਂ ਇਹ ਉਪਦੇਸ਼ ਸੁਣਿਆ ਤਾਂ ਉਸਨੂੰ ਯੁਵਾ ਅਵਸਥਾ ਤੋਂ ਹੀ ਜਵਾਨੀ ਤੋਂ ਹੀ ਗਿਆਨ ਹੋ ਗਿਆ ਕਿ ਨਾਮ ਜਪਣ ਨਾਲ ਹੀ ਪਾਰ ਉਤਾਰਾ ਹੋ ਸਕਦਾ ਹੈ। ਉਸ ਦਿਨ ਤੋਂ ਉਸਨੇ ਸਤਿਗੁਰਾਂ ਦੇ ਦੱਸੇ ਰਾਹ ਤੇ ਚੱਲਣ ਦਾ ਉਪਰਾਲਾ ਕੀਤਾ ਤੇ ਉਹ ਗੁਰੂ ਘਰ ਦਾ ਪ੍ਰੇਮੀ ਬਣ ਗਿਆ। ਸ੍ਰੀ ਸਤਿਗੁਰ ਭਗਵਾਨ ਦਾਸ ਜੀ ਛਾਉਣੀ ਦੀ ਸੰਗਤ ਨੂੰ ਉਪਦੇਸ਼ ਦੇ ਕਰ ਨਾਲ ਗਈ ਸੰਗਤ ਸਮੇਤ ਵਾਪਸ ਆਪਣੇ ਨਿਵਾਸ ਅਸਥਾਨ ਕੈਮਲਪੁਰ ਆਏ। ਫਿਰ ਉੱਥੇ ਚਰਨਾਂ ਤੇ ਮੱਥਾ ਟੇਕਿਆ ਤੇ ਆਗਿਆ ਲੈ ਕਰ ਆਪੋ ਆਪਣੇ ਘਰਾਂ ਨੂੰ ਗਈ। ਸਾਖੀ ਪੂਰੀ ਓਂਕਾਰ ਸਤਿਗੁਰ ਪ੍ਰਸਾਦ ਧੰਨ ਧੰਨ ਸ਼੍ਰੀ ਸਤਿਗੁਰ ਭਗਵਾਨ ਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਸਤਿਗੁਰ ਸੇਵਾ ਰਾਮ ਸਾਹਿਬ ਸੱਚੇ ਪਾਤਸ਼ਾਹ। ਸਾਖੀ ਭਾਈ ਗੋਬਿੰਦ ਰਾਮ ਬਾਮਖੇਲ ਵਾਲੇ ਜੀ। ਗੋਬਿੰਦ ਰਾਮ ਪਿੰਡ ਬਾਮਖੇਲ ਜ਼ਿਲ੍ਹਾ ਮਰਦਾਨ ਦਾ ਰਹਿਣ ਵਾਲਾ ਸੀ। ਇਸਦੀ ਮਾਤਾ ਦੇਵਕੀ ਨੂੰ ਆਪਣੇ ਸ੍ਰੀ ਸਤਿਗੁਰ ਭਗਵਾਨ ਦਾਸ ਜੀ ਤੇ ਅਟਲ ਵਿਸ਼ਵਾਸ ਸੀ ਅਤੇ ਉਹਨਾਂ ਵੱਲੋਂ ਪ੍ਰਾਪਤ ਹੋਏ ਨਾਮ ਦੇ ਸਿਮਰਨ ਵਿੱਚ ਸਦਾ ਲੀਨ ਰਹਿੰਦੀ ਸੀ। ਗੋਬਿੰਦ ਰਾਮ ਬਾਮਖੇਲ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਸੀ ਅਤੇ ਨਾਲ ਹੀ ਆੜਤ ਦਾ ਕੰਮ ਵੀ ਕਰਦਾ ਸੀ। ਇਸ ਪਿੰਡ ਵਿੱਚ ਹਿੰਦੂਆਂ ਦੇ ਸਿਰਫ 2-4 ਘਰ ਹੀ ਸਨ ਅਤੇ ਬਾਕੀ ਸਾਰੀ ਆਬਾਦੀ ਪਠਾਣਾਂ ਦੀ ਸੀ ਜੋ ਜ਼ਿਮੀਦਾਰਾਂ ਕਰਦੇ ਸਨ। ਜਿਸ ਮੁਹੱਲੇ ਵਿੱਚ ਰਹਿੰਦੇ ਸਨ ਉਹਨਾਂ ਜ਼ਿਮੀਦਾਰਾਂ ਦਾ ਅਨਾਜ ਗੋਬਿੰਦ ਰਾਮ ਰਾਹੀਂ ਵੇਚਿਆ ਜਾਂਦਾ ਸੀ ਅਤੇ ਜੋ ਆੜਤ ਇਸ ਨੂੰ ਮਿਲਦੀ ਸੀ ਉਸ ਸਾਲ ਇਸਦੀ ਆਮਦਨ ਵਿੱਚ ਚੰਗਾ ਵਾਧਾ ਹੋ ਜਾਂਦਾ ਸੀ। ਇੱਕ ਦਿਨ ਕੋਈ ਦਵੇਸ਼ ਭਾਵਨਾ ਵਾਲੇ ਪਠਾਣਾ ਨੇ ਮਿਲ ਕਰ ਮਤਾ ਪਕਾਇਆ ਜੋ ਹਿੰਦੂਆਂ ਦਾ ਬਾਈਕਾਟ ਕਰ ਦਿਓ, ਉਹਨਾਂ ਦੀ ਹੱਟੀ ਤੋਂ ਕੋਈ ਵੀ ਸੌਦਾ ਨਾ ਲਵੋ, ਕਿਸੇ ਹਿੰਦੂ ਨੂੰ ਆਪਣੇ ਘਰ ਨਹੀਂ ਆਉਣ ਦੇਣਾ, ਉਹਨਾਂ ਨਾਲ ਕਿਸੇ ਕਿਸਮ ਦੀ ਵਰਤਣ ਦੀ ਸਾਂਝ ਨਹੀਂ ਰੱਖਣੀ, ਅਨਾਜ ਅਤੇ ਤੰਬਾਕੂ ਵੀ ਉਹਨਾਂ ਰਾਹੀਂ ਨਾ ਵੇਚਿਆ ਜਾਵੇ। ਇੱਥੋਂ ਲੱਦ ਕੇ ਆਪ ਹੀ ਮੰਡੀ ਵਿੱਚ ਆ ਕਰ ਵੇਚਿਆ ਕਰਾਂਗੇ। ਪਠਾਣਾ ਦਾ ਇਹ ਫੈਸਲਾ ਸੁਣ ਕਰ ਮਾਈ ਦੇਵਕੀ ਬਹੁਤ ਪਰੇਸ਼ਾਨ ਹੋ ਗਈ ਅਤੇ ਸਿੱਧੀ
ਆਪਣੇ ਸਤਿਗੁਰਾਂ ਪਾਸ ਕਮਲਪੁਰ ਜਾ ਪਹੁੰਚੀ। ਸਤਿਗੁਰਾਂ ਦੇ ਦੁਆਰੇ ਤੇ ਪਹੁੰਚ ਕਰ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਦੋ ਹੱਥ ਜੋੜ ਕਰ ਸਾਰਾ ਬ੍ਰਿਤਾਂਤ ਸੁਣਾਇਆ। ਉਸਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਹੁਣ ਤਾਂ ਲੱਗਦਾ ਹੈ ਆਪਣਾ ਪਿੰਡ ਛੱਡ ਕੇ ਸਾਨੂੰ ਕਿਸੇ ਹੋਰ ਪਿੰਡ ਨੂੰ ਜਾਂ ਸ਼ਹਿਰ ਨੂੰ ਸ਼ਹਿਰ ਵਿੱਚ ਜਾਣਾ ਪਵੇਗਾ। ਜੇ ਆਪ ਜੀ ਕਿਰਪਾ ਕਰੋ ਤਾਂ ਔਖੀਆਂ ਸੁਖਲੀਆਂ ਹੋ ਸਕਦੀਆਂ ਹਨ। ਉਸ ਸਮੇਂ ਸਾਹਿਬਾਂ ਦਾ ਗੁਰਦੁਆਰੇ ਜਾਣ ਦਾ ਸਮਾਂ ਹੋ ਗਿਆ ਸੀ। ਸੋ ਉਸਦੀ ਬੇਨਤੀ ਸੁਣਕਰ ਆਪ ਜੀ ਗੁਰਦੁਆਰਾ ਸਾਹਿਬ ਵੱਲ ਤੁਰ ਪਏ। ਮਾਈ ਦੇਵਕੀ ਵੀ ਸਾਹਿਬਾਂ ਨਾਲ ਗੁਰਦੁਆਰੇ ਆਈ। ਉਸ ਸਮੇਂ ਗੁਰਦੁਆਰੇ ਕੀਰਤਨ ਹੋ ਰਿਹਾ ਸੀ। ਕੀਰਤਨ ਤੋਂ ਉਪਰੰਤ ਸਾਹਿਬਾਂ ਨੇ ਇਸ ਸ਼ਬਦ ਦੀ ਕਥਾ ਕੀਤੀ। ਮਾਰੂ ਮਹਿਲਾ ਪੰਜਵਾਂ, ਕੋਟ ਲੱਖ ਸਰਬ ਕੋ ਰਾਜਾ, ਜਿਸ ਹਿਰਦੈ ਨਾਮ ਤੁਮਾਰਾ, ਜਾ ਕੋ ਨਾਮ ਦੀਨਾ ਦੀਆ ਮੇਰੇ ਸਤਿਗੁਰ, ਸੇ ਮਰ ਜਨ ਮੈਂ ਗਾਵਾਰਾ। ਕੋਟ ਲੱਖ ਸਰਬ ਕੋ ਰਾਜਾ, ਜਿਸ ਹਿਰਦੈ ਨਾਮ ਤੁਮਾਰਾ, ਜਾ ਕੋ ਨਾਮ ਨਾ ਦੀਆ ਮੇਰੇ ਸਤਿਗੁਰ, ਸੇ ਮਰ ਜਨ ਮੈਂ ਗਾਵਾਰਾ। ਮੇਰੇ ਸਤਿਗੁਰੀ ਪਤ ਰਾਖ, ਚੀਤ ਆਵੇ ਤਬਈ ਪਤ ਪੂਰੀ, ਬਿਸਰਤ ਰਲੀਐ ਖਾਕ ਰਾਓ। ਰੂਪ ਰੰਗ ਖੁਸ਼ੀਆਂ ਮਨ ਭੋਗਣ, ਤੇਤੇ ਛਿਦਰ ਵਿਕਾਰਾ, ਹਰ ਕਾ ਨਾਮ ਨਿਧਾਨ ਕਲਿਆਣਾ, ਸੁਖ ਸਹਿਜ ਐਉ ਸਾਰਾ। ਮਾਇਆ ਰੰਗ ਬਿਰੰਗ ਕਿਨੈ ਮੈਂ, ਜਿਉਂ ਬਾਦਲ ਕੀ ਛਾਇਆ, ਸੇ ਲਾਲ ਪਏ ਗੂੜੇ ਰੰਗ ਰਾਤੇ, ਜਿਨ ਗੁਰ ਮਿਲ ਹਰ ਹਰ ਗਾਇਆ। ਊਚ ਮੂਚ ਅਪਾਰ ਸੁਆਮੀ, ਅਗਮ ਦਰਬਾਰਾ, ਨਾਮੋ ਵਡਿਆਈ ਸੋਭਾ, ਨਾਨਕ ਖਸਮ ਪਿਆਰਾ। ਊਚ ਮੂਚ ਅਪਾਰ ਸੁਆਮੀ, ਅਗਮ ਦਰਬਾਰਾ, ਨਾਮੋ ਵਡਿਆਈ ਸੋਭਾ, ਨਾਨਕ ਖਸਮ ਪਿਆਰਾ। ਸ੍ਰੀ ਸਤਿਗੁਰ ਭਗਵਾਨ ਦਾਸ ਜੀ ਨੇ ਦੱਸਿਆ ਕਿ ਇਸ ਸ਼ਬਦ ਦੁਆਰਾ ਪੰਚਮ ਪਾਤਸ਼ਾਹ ਜੀ ਸ੍ਰੀ ਸਤਿਗੁਰੂ ਅਰਜਨ ਦੇਵ ਜੀ ਆਪਣੇ ਸੇਵਕਾਂ ਨੂੰ ਉਪਦੇਸ਼ ਦੇ ਰਹੇ ਹਨ ਕਿ ਹੇ ਪ੍ਰਭੂ, ਜਿਸ ਮਨੁੱਖ ਦੇ ਹਿਰਦੇ ਵਿੱਚ ਤੇਰਾ ਨਾਮ ਹੈ, ਉਹ ਲੱਖਾਂ ਕਰੋੜਾਂ ਹੀ ਨਹੀਂ ਸਗੋਂ ਸਾਰੇ ਲੋਕਾਂ ਦਾ ਰਾਜਾ ਹੈ। ਪਰੰਤੂ ਜਿਨ੍ਹਾਂ ਨੂੰ ਮੇਰੇ ਸਤਿਗੁਰਾਂ ਨੇ ਪਰਮਾਤਮਾ ਦਾ ਨਾਮ ਨਹੀਂ ਦਿੱਤਾ, ਉਹ ਜਨਮ ਮਰਨ ਦੇ ਗੇੜ ਵਿੱਚ ਹੀ ਪਏ ਰਹਿੰਦੇ ਹਨ। ਹੇ ਮੇਰੇ ਸਾਧੂ ਜੀ, ਤੂੰ ਹੀ ਸਾਡੀ ਇੱਜ਼ਤ ਦਾ ਰਾਖਾ ਹੈ। ਹੇ ਪ੍ਰਭੂ, ਜੇ ਤੂੰ ਅਸਾਂ ਜੀਵਾਂ ਦੇ ਚਿੱਤ ਵਿੱਚ ਆ ਵਸੇ ਤਾਂ ਹੀ ਸਾਨੂੰ ਲੋਕ ਪਰਲੋਕ ਵਿੱਚ ਪੂਰਨ ਇੱਜ਼ਤ ਮਿਲਦੀ ਹੈ ਅਤੇ ਤੇਰਾ ਨਾਮ ਭੁੱਲਿਆ ਮਿੱਟੀ ਵਿੱਚ ਰਲ ਜਾਈਦਾ ਹੈ ਅਤੇ ਲਾਂਤਾ ਰੂਪੀ ਖਾਦ ਵਿੱਚ ਰਲਣਾ ਹੁੰਦਾ ਹੈ। ਇਹ ਭਾਈ, ਦੁਨੀਆਂ ਦੇ ਸਾਰੇ ਰੂਪ ਰੰਗ ਖੁਸ਼ੀਆਂ
ਅਤੇ ਮਨ ਦੀਆਂ ਮੋਜਾਂ ਤੇ ਹੋਰ ਵਿਕਾਰ, ਇਹ ਸਾਰੇ ਹੀ ਆਤਮਿਕ ਜੀਵਨ ਵਿੱਚ ਛੇ ਕੀ ਹਨ। ਇਸ ਲਈ ਇਹ ਭਾਈ ਪਰਮਾਤਮਾ ਦਾ ਨਾਮ ਹੀ ਸਾਰੇ ਸੁੱਖਾਂ ਅਤੇ ਖੁਸ਼ੀਆਂ ਦਾ ਖਜ਼ਾਨਾ ਹੈ, ਜੋ ਸਭ ਤੋਂ ਸ੍ਰੇਸ਼ਟ ਅਤੇ ਆਤਮਿਕ ਅਡੋਲਤਾ ਦਾ ਮੂਲ ਹੈ। ਹੇ ਭਾਈ, ਜਿਵੇਂ ਬਦਲਾਂ ਦੀ ਛਾਂ ਛਿੰਨ ਭਰ ਲਈ ਹੁੰਦੀ ਹੈ, ਤਿਵੇਂ ਮਾਇਆ ਦੇ ਰੰਗ ਤਮਾਸ਼ੇ ਵੀ ਥੋੜੇ ਚਿਰ ਲਈ ਹੀ ਹੁੰਦੇ ਹਨ ਤੇ ਫਿਰ ਛੇਤੀ ਫਿੱਕੇ ਪੈ ਜਾਂਦੇ ਹਨ। ਪਰੰਤੂ ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੁੰਦੀ ਹੈ, ਉਹ ਲਾਲੋ ਲਾਲ ਹੋ ਜਾਂਦੇ ਹਨ ਅਤੇ ਪ੍ਰੇਮ ਦੇ ਗੂੜੇ ਰੰਗ ਵਿੱਚ ਰੰਗੇ ਜਾਂਦੇ ਹਨ। ਇਸ ਲਈ ਪੰਜਵੇਂ ਨਾਨਕ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਖਸਮ ਪ੍ਰਭੂ ਪਿਆਰਾ ਲੱਗਦਾ ਹੈ, ਉਹਨਾਂ ਵਾਸਤੇ ਹਰੀ ਨਾਮ ਹੀ ਦੁਨੀਆਂ ਦੀ ਵਡਿਆਈ ਹੈ ਅਤੇ ਨਾਮ ਹੀ ਲੋਕ ਪਰਲੋਕ ਦੀ ਸੋਭਾ ਹੈ। ਉਹ ਉਸ ਮਾਲਕ ਦੇ ਦਰਬਾਰ ਤੱਕ ਪਹੁੰਚ ਜਾਂਦੇ ਹਨ ਜੋ ਸਭ ਤੋਂ ਉੱਚਾ, ਸਭ ਤੋਂ ਵੱਡਾ, ਬੇਅੰਤ ਅਤੇ ਅਪਹੁੰਚ ਹੈ। ਜਦ ਮਾਈ ਦੇਵਕੀ ਨੇ ਇਸ ਸ਼ਬਦ ਦਾ ਭਾਵ ਸਮਝਿਆ ਤਾਂ ਉਸਦੇ ਮਨ ਨੂੰ ਕੁਝ ਧਰਵਾਸ ਆਈ ਅਤੇ ਭੋਗ ਪੈਣ ਤੋਂ ਬਾਅਦ ਸਾਹਿਬਾਂ ਦੇ ਨਾਲ ਹੀ ਉਹਨਾਂ ਦੇ ਡੇਰੇ ਤੇ ਆ ਗਏ। ਉਧਰ ਬਾਮਖੇਲ ਵਿੱਚ ਕੁਝ ਪਠਾਣੀਆਂ ਨੇ ਆਪੋ ਵਿੱਚ ਮਤਾ ਪਕਾਇਆ, ਜੋ ਅਸੀਂ ਪਰਦੇ ਵਿੱਚ ਰਹਿਣ ਵਾਲੀਆਂ ਹਾਂ, ਪਰੰਤੂ ਗੋਬਿੰਦ ਰਾਮ ਤੋਂ ਸਾਡਾ ਕੋਈ ਪਰਦਾ ਨਹੀਂ, ਇਸ ਲਈ ਇਸ ਦਾ ਬਾਈਕਾਟ ਕਰਨਾ ਠੀਕ ਨਹੀਂ। ਫਿਰ ਇੱਕ ਪਠਾਣੀ ਨੇ ਗੋਬਿੰਦ ਰਾਮ ਨੂੰ ਸੁਨੇਹਾ ਭੇਜਿਆ, ਜੋ ਸਾਡੇ ਘਰ ਆਏ ਕਰ, ਅਨਾਜ ਲੈ ਜਾਓ ਅਤੇ ਚੀਨੀ, ਚਾਹ ਪੱਤੀ, ਹਰਦਲ, ਹਲਦੀ ਇਤਿਆਦਿ ਨਾਲ ਲੈ ਆਓ। ਗੋਬਿੰਦ ਰਾਮ ਨੇ ਉਸ ਬੰਦੇ ਨੂੰ ਕਿਹਾ, ਇੱਥੋਂ ਦੇ ਪਠਾਣਾ ਨੇ ਮੇਰੇ ਉੱਤੇ ਪਾਬੰਦੀ ਲਗਾਈ ਹੋਈ ਹੈ, ਮੈਂ ਤੁਸਾਂ ਦੇ ਘਰ ਨਹੀਂ ਆ ਸਕਦਾ ਤੇ ਨਾ ਹੀ ਮੈਂ ਆਪ ਨੂੰ ਘਰ ਦੀ ਸਮੱਗਰੀ ਭੇਜ ਸਕਦਾ ਹਾਂ। ਜਦ ਪਠਾਣੀਆਂ ਨੇ ਇਹ ਗੱਲ ਸੁਣੀ ਤਾਂ ਉਹਨਾਂ ਨੇ ਮਿਲ ਕਰ ਆਪੋ ਵੀ ਸਲਾਹ ਕੀਤੀ, ਜੋ ਇਹ ਤਾਂ ਇਸ ਦੁਕਾਨਦਾਰ ਤੇ ਜ਼ੁਲਮ ਹੋ ਰਿਹਾ ਹੈ, ਕਈ ਸਾਲਾਂ ਤੋਂ ਇੱਥੇ ਹੀ ਰਹਿ ਰਿਹਾ ਹੈ, ਬੰਦਾ ਵੀ ਚੰਗਾ ਹੈ, ਵਪਾਰੀ ਵੀ ਚੰਗਾ ਹੈ, ਤੋਲ ਵੀ ਪੂਰਾ ਦਿੰਦਾ ਹੈ ਤੇ ਹਿਸਾਬੀ ਵੀ ਠੀਕ ਰੱਖਦਾ ਹੈ, ਫਿਰ ਕਿਉਂ ਕਰ ਇਸ ਤੇ ਪਾਬੰਦੀ ਲਗਾਈ ਗਈ ਹੈ। ਫਿਰ ਸਭ ਨੇ ਇੱਕ ਦੂਸਰੀ ਨੂੰ ਕਿਹਾ ਕਿ ਆਪੋ ਆਪਣੇ ਮਰਦਾਂ ਨੂੰ ਮਨਾਓ ਕਿ ਗੋਬਿੰਦ ਰਾਮ ਤੋਂ ਇਹ ਪਾਬੰਦੀ ਹਟਾਈ ਜਾਵੇ। ਸਭ ਨੇ ਆਪਣੇ ਆਪਣੇ ਘਰੀ ਜਾ ਕੇ ਆਪਣੇ ਮਰਦਾਂ ਨੂੰ ਆਪਣੇ ਨਾਲ ਮਿਲਾ ਲਿਆ। ਬਹੁਤ ਸਾਰੇ ਬੰਦਿਆਂ ਨੇ ਤਾਂ ਇਹ ਵੀ ਮਹਿਸੂਸ ਕੀਤਾ ਕਿ ਇਹ ਪਾਬੰਦੀ ਲੱਗਣੀ ਹੀ ਨਹੀਂ ਚਾਹੀਦੀ ਸੀ, ਪਰ ਕੁਝ ਬੰਦੇ ਜੋ ਦੁਵੈਸ਼ ਭਾਵਨਾ ਵਾਲੇ ਸਨ ਉਹ ਨਹੀਂ ਮੰਨਦੇ। ਪਰੰਤੂ ਜ਼ਿਆਦਾ ਬੰਦਿਆਂ ਦੇ ਮਨ ਜਾਣ ਕਰਕੇ ਇਹ ਪਾਬੰਦੀ ਹਟਾਉਣ ਦਾ ਹੀ ਫੈਸਲਾ ਕੀਤਾ। ਦੂਸਰੇ ਦਿਨ ਕੁਝ ਪਠਾਣੀਆਂ ਨੇ ਗੋਬਿੰਦ ਰਾਮ ਨੂੰ ਕਿਹਾ, ਸਾਡੇ ਘਰ ਚੱਲੋ ਅਤੇ ਅਨਾਜ ਵਜਨ ਕਰਕੇ ਲੈ ਆਓ, ਫਿਰ ਜੋ ਸਮੱਗਰੀ ਸਾਨੂੰ ਲੋੜ ਹੈ ਉਹ ਭਿਜਵਾ ਦਿਓ। ਇਹ ਸੁਣ ਕੇ ਗੋਬਿੰਦ ਰਾਮ ਨੇ ਕਿਹਾ, ਭੈਣ ਜੀ ਮੈਨੂੰ ਤਾਂ ਡਰ ਲੱਗ ਰਿਹਾ ਹੈ, ਮੈਂ ਤਾਂ ਇਹ ਸੋਚ ਰਿਹਾ ਹਾਂ ਕਿ ਇਹ ਪਿੰਡ ਹੀ ਛੋੜ ਕਰ
ਇਥੋ ਚਲਾ ਜਾਵਾਂ। ਤਾਂ ਉਹਨਾਂ ਪਠਾਣੀਆਂ ਨੇ ਕਿਹਾ, ਤੂੰ ਇਸੇ ਪਿੰਡ ਵਿੱਚ ਹੀ ਰਹੇਗਾ, ਇੱਥੇ ਤੇਰਾ ਆਪਣਾ ਘਰ ਹੈ, ਹੁਣ ਤੈਨੂੰ ਇੱਥੇ ਕੋਈ ਡਰ ਨਹੀਂ, ਅਸਾਂ ਆਪਣੇ ਮਰਦਾਂ ਨੂੰ ਮਨਾ ਲਿਆ ਹੈ, ਤੂੰ ਹੁਣੇ ਹੀ ਸਾਡੇ ਨਾਲ ਚੱਲ, ਅਸੀਂ ਵੇਖਦੀਆਂ ਹਾਂ ਤੈਨੂੰ ਕੌਣ ਕੁਝ ਕਹਿੰਦਾ ਹੈ। ਗੋਬਿੰਦ ਰਾਮ ਨੂੰ ਘਰ ਦੀ ਸਮੱਗਰੀ ਜਿਹੜੀ ਉਹਨਾਂ ਲਿਖਵਾਈ ਸੀ ਉਹ ਉਸਨੇ ਤੋਲ ਕਰ ਬੋਰੀ ਵਿੱਚ ਭਰ ਲਈ ਅਤੇ ਉਹਨਾਂ ਨਾਲ ਹੀ ਤੁਰ ਪਿਆ। ਜਦ ਉਹਨਾਂ ਦੇ ਘਰ ਪਹੁੰਚਿਆ ਤਾਂ ਵਿਰੋਧੀਆਂ ਨੂੰ ਖਬਰ ਮਿਲ ਗਈ ਜੋ ਗੋਬਿੰਦ ਰਾਮ ਸ਼ੇਰ ਮੁਹੰਮਦ ਦੇ ਘਰ ਆਇਆ ਹੈ, ਤਾਂ ਉਹ ਗੋਬਿੰਦ ਰਾਮ ਨੂੰ ਮਾਰਨ ਲਈ ਆ ਗਏ। ਇਹ ਸੋਚ ਕੇ ਕਿ ਇਹ ਜਦ ਇਹਨਾਂ ਦੇ ਘਰੋਂ ਬਾਹਰ ਨਿਕਲੇਗਾ ਤਾਂ ਇਸਦੀ ਪਿਟਾਈ ਕੀਤੀ ਜਾਵੇ। ਜਦ ਪਠਾਣੀਆਂ ਨੇ ਤੱਕਿਆ ਜੋ ਗੋਬਿੰਦ ਰਾਮ ਨੂੰ ਮਾਰਨ ਲਈ ਕੁਝ ਬੰਦੇ ਆ ਰਹੇ ਹਨ, ਤਾਂ ਉਹਨਾਂ ਨੇ ਗੋਬਿੰਦ ਰਾਮ ਨੂੰ ਇੱਕ ਛੋਟੀ ਜਿਹੀ ਕੋਠੜੀ ਵਿੱਚ ਬੰਦ ਕਰ ਦਿੱਤਾ ਤੇ ਬਾਹਰੋਂ ਤਾਲਾ ਲਾ ਦਿੱਤਾ। ਗਰਮੀ ਦੀ ਰੁੱਤ ਸੀ, ਅੰਦਰ ਗਰਮੀ ਵੀ ਬਹੁਤ ਲੱਗ ਰਹੀ ਸੀ, ਪਰ ਕੋਠੜੀ ਬੰਦ ਕਰਕੇ ਪਠਾਣੀਆਂ ਕੋਠਿਆਂ ਤੇ ਚੜ ਗਈਆਂ ਤੇ ਵਿਰੋਧੀ ਦਲ ਤੇ ਵਟਿਆਂ ਦੀ ਬੋਛਾਰ ਕਰ ਦਿੱਤੀ। ਹੁਣ ਵਿਰੋਧੀਆਂ ਦੀ ਕੋਈ ਪੇਸ਼ ਨਾ ਗਈ ਤੇ ਉਹ ਉੱਥੋਂ ਚਲੇ ਗਏ। ਉਹਨਾਂ ਦੇ ਜਾਣ ਪਿੱਛੋਂ ਜੱਜ ਪਠਾਣੀਆਂ ਨੇ ਉਸ ਕੋਠੜੀ ਦਾ ਤਾਲਾ ਖੋਲ ਕਰ ਬੂਹਾ ਖੋਲਿਆ ਤਾਂ ਅੰਦਰੋਂ ਠੰਡੀ ਹਵਾ ਨਿਕਲੀ। ਉਹ ਹੈਰਾਨ ਹੋ ਕੇ ਕਹਿਣ ਲੱਗੀਆਂ, ਅਸੀਂ ਤਾਂ ਸੋਚ ਰਹੀਆਂ ਸਾਂ ਜੋ ਗੋਬਿੰਦ ਰਾਮ ਦੀ ਗਰਮੀ ਨਾਲ ਹਾਲਤ ਖਰਾਬ ਹੋ ਗਈ ਹੋਣੀ ਹੈ, ਪਰ ਇਹ ਕੋਠੜੀ ਤਾਂ ਬਰਫ਼ ਵਾਂਗ ਠੰਡੀ ਪਈ ਹੈ। ਤਾਂ ਗੋਬਿੰਦ ਰਾਮ ਨੇ ਦੱਸਿਆ, ਜਦ ਮੈਂ ਇੱਥੇ ਅੰਦਰ ਆਇਆ ਪਹਿਲਾਂ ਤਾਂ ਮੈਨੂੰ ਬਹੁਤ ਗਰਮੀ ਲੱਗੀ, ਪਰ ਫਿਰ ਜਦ ਮੈਂ ਆਪਣੇ ਗੁਰੂ ਨੂੰ ਯਾਦ ਕਰਕੇ ਇਬਾਦਤ ਕਰਨ ਲੱਗਾ, ਸਿਮਰਨ ਕਰਨ ਲੱਗਾ, ਤਾਂ ਕੋਠੜੀ ਵਿੱਚ ਮੈਨੂੰ ਗਰਮੀ ਦੀ ਥਾਂ ਠੰਡੀ ਠੰਡੀ ਹਵਾ ਮਹਿਸੂਸ ਹੋਣ ਲੱਗੀ। ਇਹ ਸਭ ਕੁਝ ਮੇਰੇ ਮੁਰਸ਼ਦ ਦੀ ਬਦੌਲਤ ਹੀ ਹੋਇਆ ਹੈ ਅਤੇ ਮੇਰੀ ਰੱਖਿਆ ਵੀ ਉਹਨਾਂ ਨੇ ਹੀ ਕੀਤੀ। ਧੰਨ ਧੰਨ ਸਤਿਗੁਰੂ ਭਗਵਾਨ ਦਾ ਸਾਹਿਬ ਆਪ ਜੀ ਦੀ ਸਦਾਈ। ਗੋਬਿੰਦ ਰਾਮ ਨੇ ਦੱਸਿਆ ਕਿ ਜਦ ਮੈਂ ਇੱਥੇ ਅੰਦਰ ਆਇਆ ਪਹਿਲਾਂ ਤਾਂ ਮੈਨੂੰ ਬਹੁਤ ਗਰਮੀ ਲੱਗੀ, ਪਰ ਫਿਰ ਜਦ ਮੈਂ ਆਪਣੇ ਗੁਰੂ ਨੂੰ ਯਾਦ ਕਰਕੇ ਇਬਾਦਤ ਕਰਨ ਲੱਗਾ, ਸਿਮਰਨ ਕਰਨ ਲੱਗਾ, ਤਾਂ ਕੋਠੜੀ ਵਿੱਚ ਮੈਨੂੰ ਗਰਮੀ ਦੀ ਥਾਂ ਠੰਡੀ ਠੰਡੀ ਹਵਾ ਮਹਿਸੂਸ ਹੋਣ ਲੱਗੀ। ਇਹ ਸਭ ਕੁਝ ਮੇਰੇ ਮੁਰਸ਼ਦ ਦੀ ਬਦੌਲਤ ਹੀ ਹੋਇਆ ਹੈ ਅਤੇ ਮੇਰੀ ਰੱਖਿਆ ਵੀ ਉਹਨਾਂ ਨੇ ਹੀ ਕੀਤੀ ਹੈ। ਇਹ ਸੁਣ ਕੇ ਪਠਾਣੀਆਂ ਨੇ ਕਿਹਾ, ਤੇਰਾ ਮੁਰਸ਼ਦ ਤਾਂ ਫਿਰ ਕਾਮਲ ਪੀਰ ਹੈ ਜਿਸ ਦੀ ਬਰਕਤ ਨਾਲ ਤੂੰ ਬਚ ਗਿਆ ਹੈ, ਨਹੀਂ ਤਾਂ ਜਿਰਗੇ ਦਾ ਫੈਸਲਾ ਬਰਾਦਰੀ ਦਾ ਫੈਸਲਾ ਕੌਣ ਬਦਲ ਸਕਦਾ ਹੈ? ਇਹ ਤਾਂ ਤੇਰੇ ਪੀਰਾਂ ਦੀ ਹੀ ਬਰਕਤ ਹੈ ਜੋ ਜਿਰਗੇ ਨੇ ਆਪਣਾ ਫੈਸਲਾ ਬਦਲ ਕੇ ਤੇਰੇ ਹੱਕ ਵਿੱਚ ਕੀਤਾ ਹੈ। ਜੋ ਅਨਾਜ ਤਮਾਕੂ ਆਦ ਗੋਬਿੰਦ ਰਾਮ ਦੇ ਰਾਹੀਂ ਵੇਚਿਆ ਜਾਵੇ, ਤੂੰ ਘਰ ਦੀ ਸਮੱਗਰੀ ਤੇ ਘਰ ਦੀ ਸਮੱਗਰੀ ਇਸ ਤੋਂ ਹੀ ਖਰੀਦੀ ਜਾਵੇ। ਜੋ ਵਿਰੋਧੀ ਸਨ ਉਹ ਵੀ ਹੁਣ ਸਮਝਾਉਣ ਤੇ ਮੰਨ ਗਏ ਹਨ।
ਸੋ ਸਾਧ ਸੰਗਤ ਜੀ ਜਦ ਤੱਕ ਗੋਬਿੰਦ ਰਾਮ ਉਸ ਪਿੰਡ ਵਿੱਚ ਰਿਹਾ ਉਸ ਘਰ ਦੀਆਂ ਪਠਾਣੀਆਂ ਉਸ ਨੂੰ ਦੱਸਦੀਆਂ ਸਨ ਕਿ ਜਿਸ ਕੋਠੜੀ ਵਿੱਚ ਬੰਦ ਹੋ ਕੇ ਗੋਬਿੰਦ ਰਾਮ ਨੇ ਸਿਮਰਨ ਅਤੇ ਅਰਦਾਸ ਕੀਤੀ ਸੀ ਉਹ ਕੋਠੜੀ ਹੁਣ ਵੀ ਬਿਲਕੁਲ ਬਰਫ਼ ਵਾਂਗ ਠੰਡੀ ਰਹਿੰਦੀ ਹੈ। ਇਹ ਬਰਕਤ ਮੇਰੇ ਸੱਚੇ ਪਾਤਸ਼ਾਹ ਜੀ ਦੀ ਹੈ, ਧੰਨ ਹੈ ਸਤਿਗੁਰੂ ਤੇ ਧੰਨ ਹਨ ਉਸਦੇ ਸਿੱਖ। ਸੋ ਸਾਧ ਸੰਗਤ ਜੀ ਜਦ ਤੱਕ ਗੋਬਿੰਦ ਰਾਮ ਉਸ ਪਿੰਡ ਵਿੱਚ ਰਿਹਾ ਉਸ ਘਰ ਦੀਆਂ ਪਠਾਣੀਆਂ ਉਸ ਨੂੰ ਦੱਸਦੀਆਂ ਸਨ ਕਿ ਜਿਸ ਕੋਠੜੀ ਵਿੱਚ ਬੰਦ ਹੋ ਕੇ ਗੋਬਿੰਦ ਰਾਮ ਨੇ ਸਿਮਰਨ ਅਤੇ ਅਰਦਾਸ ਕੀਤੀ ਸੀ ਉਹ ਕੋਠੜੀ ਹੁਣ ਵੀ ਬਿਲਕੁਲ ਬਰਫ਼ਾਂ ਠੰਡੀ ਰਹਿੰਦੀ ਹੈ। ਇਹ ਬਰਕਤ ਮੇਰੇ ਸੱਚੇ ਪਾਤਸ਼ਾਹ ਜੀ ਦੀ ਹੈ, ਧੰਨ ਹੈ ਸਤਿਗੁਰੂ ਤੇ ਧੰਨ ਹਨ ਉਸਦੇ ਸਿੱਖ, ਧੰਨ ਹੈ ਸਤਿਗੁਰੂ ਤੇ ਧੰਨ ਹਨ ਉਸਦੇ ਸਿੱਖ। ਸਖੀ ਪੂਰੀ ਰਾਮ ਕਲੀ ਮਹਿਲਾ ਤੀਜਾ ਆਨੰਦ ਏਕ ਅੰਗਾਰ ਸਤਿ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਨੇ ਪਾਏ ਸਤਿਗੁਰ ਤਾਂ ਪਾਇਆ ਸਹਿਜ ਤੇਰੀ ਮਨ ਵਧੀਆ ਵਧਾਇਆ ਰਾਗ ਰਤਨ ਪਰਿਵਾਰ ਪਰੀਆਂ ਸਭ ਲਗਾਉਣਿਆ ਸਭ ਲੋਟ ਰਾਵੋ ਹਰੀ ਕੇ ਮਨ ਜਨੀ ਵਸਾਇਆ ਬੈ ਨਾਨਕ ਆਨੰਦ ਹੋਆ ਸਤਿਗੁਰੂ ਨੇ ਪਾਇਆ ਏ ਮਨ ਮੇਰੇ ਅੱਖੋਂ ਸਦਾ ਰੋਣਾ ਹਰ ਨਾਲ ਰੋਤੋ ਮਨ ਮੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰ ਸਭ ਨਾ ਗਲਾ ਸਭ ਰੱਖ ਦੋਮੀ ਸੁਖ ਮਨੋ ਵਿਸਾਰੇ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸੇ ਤੋ ਪਾਵੈ ਸਦਾ ਸਿਮਤ ਸਲਾ ਤੇਰੀ ਨਾਮ ਮਨ ਵਸਾਵੈ ਨਾਮ ਜਿਨਕੇ ਮਾਨੇ ਵਸਿਆ ਵਾਜੈ ਸਬਦ ਗਨੇਰੈ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਤਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਮਿੱਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਦਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਜੇ ਪੰਜ ਸਬਦ ਤਿਤ ਘਰ ਸਭਾਗੇ ਸਬਦ ਵਾਜ ਕੱਲਾ ਜਿਤ ਘਰ ਧਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖੋਆ ਤਿਤ ਘਰ ਅਨੰਦ ਵਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਤੋਰੇ ਦੁਖ ਰੋਗ ਸੰਤਾ ਪੁੱਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਨ ਭਏ ਤੱਤੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਆਂ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਤਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਾਤ ਦਿਵਸ ਰਾਤ ਤੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਂ ਬੁਰੇ ਆਈਆਂ ਵਾਚੈ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿੰਨੀ ਨਾਮ ਤੇ ਆਇਆ ਗਏ ਮਕਤ ਕਾਲ
नानक ते मुख भोजले कीर्ति छुट्टी नाल ये